ਸਤਨਾਮ ਸ਼੍ਰੀ ਵਾਹਿਗੁਰੂ ਜੀ ਪੂਰਾ ਪ੍ਰਭ ਅਰਾਧਿਆ ਪੂਰਾ ਜਗਾਨਾ ਨਾਨਕ ਪੂਰਾ ਪਾਇਆ ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਵਾਸ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਰਮ ਕਮਾ ਲੈਣਾ ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ ਮੈਂ ਲੱਖ ਅਪਰਾਧੀ ਹਾਂ ਤੂੰ ਏ ਬਖਸ਼ਿੰਦ ਪਿਤਾ ਪੱਥਰਾਂ ਨੂੰ ਤਾਰ ਦੇਵੇਂ ਨਾਲਾਂ ਵਿੱਚ ਪਿੰਦ ਪਿਤਾ ਮੈਂ ਲੱਖ ਅਪਰਾਧੀ ਹਾਂ ਤੂੰ ਏ ਬਖਸ਼ਿੰਦ ਪਿਤਾ ਪੱਥਰਾਂ ਨੂੰ ਤਾਰ ਦੇਵੇਂ ਨਾਲਾਂ ਵਿੱਚ ਪਿੰਦ ਪਿਤਾ ਲੱਖ ਭੁੱਲਾਂ ਬਖਸ਼ ਪਿਤਾ ਫਿਰ ਗੜੇ ਲਗਾ ਲੈਣਾ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ
ਟਲਦਾ ਨਹੀਂ, ਬਰਿਆਈਓ ਟਲਦਾ ਨਹੀਂ, ਕਰ ਮੇਹਰ ਹਟਾ ਲੈਣਾ ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ, ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ, ਗੁਰੂ ਛਡਾ ਲੈਣਾ ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ, ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ, ਜਨਮਾਂ ਦੀਆਂ ਵਿਛੜੀਆਂ ਨੂੰ ਚਰਨਾ ਨਾਲ ਲਾ ਲੈਣਾ। ਵਾਹਿਗੁਰੂ ਦੀਨ ਦੁਨੀ ਦੇ ਵਾਲੀ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਬਖਸ਼ਿਸ਼ਾਂ ਬਰਕਤਾਂ ਤੇ ਖੁਸ਼ੀਆਂ ਦੇ ਖਜ਼ਾਨੇ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਪਿਤਾ ਜੀ ਦਾ ਸਜਿਆ ਹੋਇਆ ਸੋਹਣਾ ਸੁਹਾਵਣਾ ਦਰਬਾਰ, ਰੱਬ ਦੇ ਪਿਆਰਿਆਂ ਦਾ ਬੰਦਗੀ ਅਸਥਾਨ, ਮਹਾਂਪੁਰਸ਼ਾਂ ਦੀਆਂ ਪਵਿੱਤਰ ਯਾਦਾਂ ਤੇ ਜੁੜ ਮਿਲ ਬੈਠੀ ਪਰਮੇਸ਼ਰ ਪਰਮਾਤਮਾ ਦਾ ਖਾਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਪੈਂਡਾ ਕਾਫੀ ਲੰਬਾ ਕਰਕੇ ਤੁਹਾਡੇ ਚਰਨਾਂ ਚ ਆਏ ਆ ਤੇ ਜੇ ਭੈਣੋ ਥੋੜਾ ਜਿਹਾ ਬਹਿਣ ਦਾ ਯਤਨ ਕਰੋ ਤੇ ਆਨੰਦ ਹੀ ਕੋਈ ਵੱਖਰਾ ਆਵੇਗਾ। ਮੈਂ ਹਲੇ ਫਤਿਹ ਵੀ ਨਹੀਂ ਬੁਲਾਈ, ਇਹ ਵੀ ਕੋਈ ਸ਼ੁਭ ਕਰਮਾਂ ਦੀ ਨਿਸ਼ਾਨੀ ਹੈ ਆਪਣੀ ਜੀਵ ਇਨਸਾਨ ਦੀ ਕਿ ਗੁਰੂ ਗੋਦ ਅੰਦਰ ਬੈਠ ਕਰਕੇ ਸਰਵਣ ਭਗਤੀ ਕਰਨੀ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਕੌਮ ਜਿੱਦਣ ਇਸ ਗੱਲ ਦੇ ਉੱਤੇ ਫਤਿਹ ਪਾ ਗਈ ਨਾ ਕਿ ਉਗਰਾਹੀ ਵੀ ਪ੍ਰਬੰਧਕਾਂ ਨੂੰ ਦਿੱਤੀ ਹੈ, ਤਿਆਰ ਵੀ ਹੋਏ ਆ, ਘਰੋਂ ਚੱਲ ਕੇ ਵੀ ਆਏ ਆ, ਆ ਜਿਹੜੇ ਹੋਰ ਮਤ ਨੇ ਕਿਉਂ ਤਰੱਕੀਆਂ ਕਰ ਗਏ, ਮਾਫੀ ਚਾਹਵਾਂਗਾ, ਕੋਈ ਬਹੁਤ ਵੱਡੀ ਗੱਲ ਨਹੀਂ। ਅਸਾਈ ਮਤ ਦੇ ਲੋਕ ਚਰਚ ਵਿੱਚ ਜੇ 4 ਘੰਟੇ ਦਾ ਪ੍ਰੋਗਰਾਮ ਲੀਕਦੇ ਨੇ ਤੇ 4 ਘੰਟੇ ਸੁਣਦੇ ਨੇ, ਮੈਂ ਪੂਰੀ ਦੁਨੀਆ ਚ ਦੇਖਿਆ,
ਹੋਰ ਵੀ ਬੜੇ ਬੜੇ ਧਾਰਮਿਕ ਸਥਾਨਾਂ ਤੇ ਜਾ ਕੇ ਤੁਹਾਡੀ ਦਸਾਂ ਨੌਹਾਂ ਦੀ ਕਿਰਤ ਦੇ ਵਿੱਚੋਂ ਇਹ ਢਾਡੀ ਜਥੇ ਨੂੰ ਹੁਕਮ ਹੋਇਆ ਇਹ ਪ੍ਰਬੰਧਕ ਵੀਰਾਂ ਵੱਲੋਂ ਜੇ ਬੁਲਾਇਆ ਹੈ ਤੇ ਫਿਰ ਹੁਣ ਬਹਿ ਕੇ ਸੁਣਨ ਦਾ ਯਤਨ ਕਰੋ। ਅਸੀਂ ਇੱਥੋਂ ਤਕਰੀਬਨ ਜਲੰਧਰ, ਲੁਧਿਆਣਾ, ਖੰਨਾ, ਸਰਹੰਦ, ਪਟਿਆਲਾ ਤੇ ਠੀਕ 8:55 ਦੇ ਉੱਤੇ ਭਾਵ ਕੇ 9 ਵਜੇ ਸਨੌਰ ਸ਼ਹਿਰ ਸਟੇਜ ਉੱਤੇ ਖੜੇ ਹੋਣਾ ਹੈ। ਇੱਥੋਂ ਦੇ ਮੁਤਾਬਕ ਉਹਨਾਂ ਨਾਲ ਪ੍ਰੋਗਰਾਮ ਕਰ ਲਿਆ, ਪਰ ਵੀਰ ਜੀ ਹੋਣਾ ਨੇ ਹੁਕਮ ਲਾ ਦਿੱਤਾ। ਹੁਣ ਸਤਿਗੁਰੂ ਜਾਣੇ, ਸਤਿਗੁਰੂ ਦੀ ਸੰਗਤ ਜਾਣੇ ਕਿ ਉੱਥੇ ਅਸੀਂ ਕਿੱਦਾਂ ਪਹੁੰਚਣਾ ਹੈ। ਸਾਨੂੰ ਕਾਹਦਾ ਫਿਕਰ ਹੈ ਜਦੋਂ ਗੁਰੂ ਆ ਸਾਡਾ ਸਤਿਗੁਰੂ ਹੈਗਾ। ਪਰ ਯਤਨ ਕਰੋ, ਇਹਨਾਂ ਨੇ ਹੁਕਮ ਕੀਤਾ ਹੈ। ਸੈਕਟਰੀ ਸਾਡੇ ਮਾਪੇ ਹੁੰਦੇ ਨੇ ਤੇ ਗੁਰਬਾਣੀ ਕਹਿੰਦੀ ਹੈ ਰੱਬ ਕਿੱਥੋਂ ਵੇਖਣਾ ਹੈ। ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਅੱਡੀਆਂ ਚੱਕ ਚੱਕ ਕੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਦੇ ਯੌਰ ਤੁਹਾਨੂੰ ਵਿਖਾਏ। ਆ ਜਿਹੜੇ 2 ਮਿੰਟ ਆਪਣੇ ਖਰਾਬ ਹੋ ਰਹੇ ਨਾ, ਮੇਰਾ ਇੱਕ ਸੁਭਾਅ ਹੈ ਤੇ ਇੱਕ ਗੱਲ ਪੱਲੇ ਬੰਨ ਲਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ ਸਾਡੇ 11 ਗੁਰੂ ਸਾਹਿਬਾਨਾਂ ਨੇ ਕਿਸੇ ਦਾ ਸੁਭਾਅ ਨਹੀਂ ਬਦਲਿਆ। ਵਿਦਵਾਨ ਸੱਜਣ ਬੈਠੇ ਹੋ, ਸਵਾਲ ਕਰੋਗੇ ਫਿਰ ਬਦਲਿਆ ਕੀ? ਮਹਾਰਾਜ ਨੇ ਭੂਮੀਏ ਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਚੋਰੀਆਂ ਛੱਡ ਦੇ। ਉਹ ਕਹਿੰਦਾ ਜੀ ਰੋਟੀ ਖਾਓ। ਕਹਿੰਦੇ ਤੂੰ ਸੱਚ ਬੋਲਿਆ, ਇਹ ਪਹਿਲਾਂ 3 ਬਚਨ ਦੇ, ਅੱਜ ਤੋਂ ਬਾਅਦ ਝੂਠ ਨਹੀਂ ਬੋਲੇਗਾ, ਲੂਣ ਖਾ ਕੇ ਹਰਾਮ ਨਹੀਂ ਕਰੇਗਾ, ਨਾ ਗਰੀਬ ਮਾਰ ਕਰੇਗਾ ਤੇ ਨਾ ਹੋਣ ਦੇਵੇਂਗਾ। ਮਹਾਰਾਜ ਨੇ ਇਹਨੇ ਨਾ ਕਿਹਾ ਕਿ ਚੋਰੀਆਂ ਛੱਡ ਦੇ, ਬਸ 3 ਬਚਨ ਉਹਨੇ ਦੇ ਦਿੱਤੇ, ਉਹਦੀ ਦਿਸ਼ਾ ਬਦਲ ਗਈ। 3 ਬਚਨਾਂ ਦੀ ਪਾਲਣਾ ਕਰਦਿਆਂ ਕਰਦਿਆਂ ਭੂਮੀਆਂ ਜਿਹੜਾ ਸੀ ਵੱਡਾ ਸੰਤ ਬਣ ਗਿਆ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਕਿਰਪਾ ਕਰੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਸੇ ਦਾ ਵੀ ਸੁਭਾਅ ਨਹੀਂ ਬਦਲਿਆ ਤੇ ਅਸੀਂ ਕੌਣ ਆ ਕਿਸੇ ਦਾ ਸੁਭਾਅ ਬਦਲਣ ਵਾਲੇ। ਮਹਾਰਾਜ ਨੇ ਦਿਸ਼ਾ ਬਦਲੀ ਹੈ। ਬੰਦੇ ਬਹਾਦਰ ਦਾ ਸੁਭਾਅ ਸੀ ਸ਼ਿਕਾਰੀ ਤੇ ਬਾਬਾ ਬਿਧੀ ਚੰਦ ਦਾ ਵੀ ਸੁਭਾਅ ਮਹਾਰਾਜ ਨੇ ਪੰਚਮ ਪਾਤਸ਼ਾਹ ਬਾਬਾ ਅਦਲੀ ਜੀ ਦੇ ਰਾਹੀਂ ਉਹੀ ਰੱਖਿਆ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਜਿਹੜੀ ਗੱਲ ਆਰੰਭ ਕਰਾਂਗੇ ਤੁਹਾਡੀਆਂ ਸੀਸਾਂ ਨਾਲ ਗੁਰਮਖੋ, ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਉਹਨੂੰ ਸੰਪੂਰਨ ਕਰਨ ਦਾ ਯਤਨ ਕਰਾਂਗੇ। ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈਦਰ ਆਇਆ। ਜਦੋਂ ਇਸ ਇਲਾਕੇ ਚ ਆਉਂਦੇ ਆ ਮਹਾਂਪੁਰਸ਼ ਬੈਠੇ ਆ, ਬੜੀ ਵਾਰ ਘਰੇ ਚਰਨ ਪਾ ਕੇ ਆਏ ਆ, ਔਰ ਇੰਨਾ ਕੁਝ ਇਹਨਾਂ ਨੇ ਜੀਵਨ ਵਿੱਚੋਂ ਸਿੱਖਿਆ ਪਿਛਲੇ 50 ਸਾਲਾਂ ਤੋਂ ਲੈ ਕੇ ਅੱਜ ਤੱਕ। ਇਹਨਾਂ ਨੂੰ ਇਕੱਲੇ ਇਕੱਲੇ ਢਾਡੀ ਦਾ ਪਤਾ, ਇਕੱਲੇ ਇਕੱਲੇ ਕਮਿਸ਼ਨ ਦਾ ਪਤਾ ਹੈ ਕਿ ਕਿਹੜਾ ਕਿੱਦਾਂ ਦੀ ਹੇਕ ਲਾ ਸਕਦਾ ਹੈ ਤੇ ਕਿਹੜਾ ਕਿੱਦਾਂ ਦੀ ਲਾ ਸਕਦਾ ਹੈ। ਰਾਤ ਸਾਰੀ ਸਾਰੀ ਰਾਤ ਬਾਬਾ ਜੀ ਕਿੱਦਾਂ ਦੱਸਦੇ ਹੁੰਦੇ ਸੀ, ਮੇਰੇ ਕੋਲ ਆ ਜਾਣਾ, ਪਿਤਾ ਜੀ ਹੋਣਾ ਬਹਿ ਜਾਣਾ, ਸਾਰੀ ਸਾਰੀ ਰਾਤ ਹੀ ਗੱਲਾਂ ਢਾਡੀ ਕਲਾ ਦੀਆਂ ਕਵੀਸ਼ਰੀ ਕਲਾ ਦੀਆਂ ਕਰਦੇ ਰਹਿਣਾ। ਮੇਰੇ ਵੀਰ ਜੀ ਚੜ੍ਹਦੀ ਕਲਾ ਵਾਲਾ ਕਵੀਸ਼ਰੀ ਜਥਾ ਗਿਆਨੀ ਸੁਲੱਖਣ ਸਿੰਘ ਜੀ ਰਿਆੜ ਸਾਹਿਬ ਤੇ ਸ਼ਾਬਾਸ਼ੇ ਬਾਪੂ ਜੀ ਹੋਣਾ ਨਾਲ ਇਹਨਾਂ ਨੇ ਬੜਾ ਸਹਿਯੋਗ ਦਿੱਤਾ। ਔਰ ਇੱਕੋ ਜੈ ਭਾਈ ਗੁਰਮੁਖ ਸਿੰਘ ਜੀ ਐਮ ਏ ਵੀਰ ਸੁਲੱਖਣ ਸਿੰਘ ਜੀ ਤੇ ਨਾਲ ਇਹਨਾਂ ਦੇ ਤੀਸਰੇ ਸਾਥੀ ਅੱਡੀਆਂ ਚੱਕ ਚੱਕ ਕੇ ਗਾਉਣਾ, ਅੱਜ ਵੀ ਉਹੋ ਹੀ ਸੁਭਾਅ। ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਜੀਓ ਆਇਆਂ ਨੂੰ, ਜਿੰਨੇ ਕੁ ਤੁਸੀਂ ਬੈਠੇ ਹੋ ਕਾਫੀ ਹੋ, ਇਸ ਕਰਕੇ ਆਓ ਗੁਰਮੁਖ ਜਨੋ,
ਜੁੜ ਗਏ ਗੁਰੂ ਪਿਤਾ ਜੀ ਦੇ ਚਰਨਾਂ ਦੇ ਨਾਲ ਇੱਕ ਵਾਰੀ ਪਿਆਰ ਦੇ ਘਰ ਵਿੱਚ ਆਓ, ਜੋੜੋ ਹੱਥ, ਕਰੀਏ ਮੁੱਖ ਪਵਿੱਤਰ, ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਦੇ ਪਿਆਰੇ ਮਹਾਂਪੁਰਸ਼ ਜਿਨ੍ਹਾਂ ਦੀਆਂ ਯਾਦਾਂ ਪਿਛਲੇ ਕਈ ਦਿਨਾਂ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਅਲਾਹੀ ਬਾਣੀ ਦੇ ਅਖੰਡ ਪ੍ਰਵਾਹ, ਫਿਰ ਮਹਾਰਾਜ ਦੇ ਹੁਕਮ ਵਿੱਚ ਹੀ ਦੀਵਾਨ ਸਜਾ ਕੇ ਮਾਰ ਕੇ ਚੌਂਕੜੇ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ, ਕਥਾ ਕੀਰਤਨ, ਇਤਿਹਾਸ, ਅਖਬਾਰਾਂ ਤੇ ਵਿਚਾਰਾਂ ਨੂੰ ਸਰਵਣ ਕਰਕੇ ਮਨੁੱਖਾ ਦੇਹੀ ਦੇ ਲਾਹੇ ਪ੍ਰਾਪਤ ਕਰ ਰਹੇ। ਥੋੜਾ ਧਿਆਨ ਦੇਣਾ, ਜਦੋਂ ਆਪਣੀਓ ਗੁਰੂ ਕੇ ਪਿਆਰ ਵਾਲੇ ਉਹ ਗੁਰ ਸਿੱਖੋ ਭਾਵਨਾਵਾਂ ਜਿਹੜੀਆਂ ਨੇ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇੱਕ ਜੋਦੜੀ ਕਰਦੀਆਂ ਨੇ, ਹੇ ਸਤਿਗੁਰੂ ਜੀ ਮੈਂ ਨਿਵਾਣਾ ਹਾਂ, ਮੈਂ ਜਾਚਕ ਹਾਂ, ਮੈਂ ਤੇਰੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਨ ਵਾਸਤੇ ਆਇਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਗੁਰਸਿੱਖ ਨੂੰ, ਗੁਰਸਿੱਖ ਕੀ ਪੂਰੀ ਦੁਨੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਏ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮੇਰਾ ਸਤਿਗੁਰੂ ਮਿੱਠ ਬੋਲੜਾ ਏ। ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਇੱਥੇ ਡਰ ਕੇ ਨਹੀਂ ਆਉਣਾ, ਕਿਉਂਕਿ ਇਹ ਤੇ ਕਿਸੇ ਦੇ ਔਗਣ ਚਿਤਾਰਦਾ ਹੀ ਨਹੀਂ। ਇਹ ਤੇ ਜਦੋਂ ਆਣ ਕੇ ਦਰਸ਼ਨ ਕਰਦੇ ਆ ਇੱਕ ਆਵਾਜ਼ ਮਾਰ ਕੇ ਕਹਿੰਦਾ ਏ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂਗਰ ਦੇਖਾਂ ਸਾਹਮਣੇ। ਥੋੜਾ ਜਿਹਾ ਧਿਆਨ ਦਿਓ, ਮੈਂ ਮਹਾਂਪੁਰਸ਼ ਬਾਬਾ ਜੀ ਧੰਨ ਬਾਬਾ ਜਵਾਹਰ ਦਾਸ ਜੀ ਦੀ ਯਾਦ ਵਿੱਚ ਕੁਝ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਵਾਂ ਤੇ ਸੰਗਤ ਨੂੰ ਦੱਸ ਲਵਾਂ। ਬੜੀ ਅਲੌਕਿਕ ਲੜੀ ਆਪਾਂ ਸ਼ੁਰੂ ਕਰਾਂਗੇ। ਭਾਈ ਸਾਹਿਬ ਜੀ ਤਿਆਰ ਹੋ ਗਏ ਨੇ, ਕਿਉਂਕਿ ਉਹਨਾਂ ਦਾ ਟਾਈਮ ਆ ਗਿਆ ਜਿਹੜੀ ਗੱਲ ਉਹਨਾਂ ਨੇ ਕਹਿਣੀ। ਪਹਿਲਾਂ ਬਚਨ ਸੁਣ ਲਿਓ। ਮਹਾਰਾਜ ਸਾਡੇ ਤੇ ਇੱਕ ਤਰਸ ਕਰੋ, ਇੱਕ ਕਿਰਪਾ ਕਰੋ, ਇਹ ਦੱਸਣਾ ਕਰੋ ਕਿ ਜਿਹੜੇ ਇਹ ਰੱਬ ਦੇ ਪਿਆਰੇ ਨੇ ਇਹ ਧਰਤੀ ਦੇ ਉੱਤੇ ਆਉਂਦੇ ਨੇ ਸਰੀਰਕ ਤੌਰ ਦੇ ਉੱਤੇ ਤੁਹਾਡੇ ਹੁਕਮ ਵਿੱਚ, ਇਹ ਧਰਤੀ ਦੇ ਉੱਤੇ ਕਿਹੋ ਜਿਹਾ ਪਰਉਪਕਾਰ ਕਰ ਜਾਂਦੇ ਨੇ ਕਿ ਯੁੱਗ ਬੀਤ ਜਾਣ, ਤੁਹਾਡੀਆਂ ਇਹ ਪਿਆਰੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਦੀਆਂ ਯਾਦਾਂ ਮਨਾਉਂਦੀਆਂ ਰਹਿੰਦੀਆਂ ਨੇ। ਇਹਨਾਂ ਦੀ ਤਸੀਰ ਕੀ ਹੁੰਦੀ ਹੈ? ਸਾਧੂਆਂ ਦੀ ਤਸੀਰ। ਆ ਸੋਚ ਲਓ ਜਿਹਦੀ ਯਾਦ ਵਿੱਚ ਬੈਠੇ, ਰੁਕ ਜਾਓ ਭਾਈ ਸਾਹਿਬ ਜੀ। ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪੁੱਛਣ ਵਾਲੇ ਆ, ਕਹਿੰਦੇ ਜਰਾ ਧਿਆਨ ਨਾਲ ਹੁਣ ਸੁਣ, ਮੈਨੂੰ ਪੁੱਛਿਆ ਏ ਕਿ ਸਾਧੂਆਂ ਦੀ ਇਹੋ ਜਿਹਾ ਰੱਬ ਦੇ ਪਿਆਰਿਆਂ ਦੀ ਤਸੀਰ ਕੀ ਹੁੰਦੀ ਹੈ? ਝੋਲੀ ਅੱਡ ਕੇ ਜੋ ਵੀ ਕੋਈ ਮੰਗਦਾ ਇਹ ਦੇ ਦਿੰਦੇ ਆ। ਤੇ ਮਹਾਰਾਜ ਕਹਿੰਦੇ ਇਹਨਾਂ ਨੇ ਬੰਦਗੀ ਇੰਨੀ ਕੀਤੀ ਹੁੰਦੀ, ਮੈਂ ਆਪਣੇ ਖਜ਼ਾਨੇ ਦੀ ਚਾਬੀ ਇਹਨਾਂ ਨੂੰ ਦੇ ਦਿੱਤੀ ਹੁੰਦੀ। ਰਾਮ ਨਾਮ ਸੱਤ ਹੈ ਪਰ ਕੁੰਜੀ ਸੰਤਨ ਹੱਥ ਹੈ। ਬਈ ਭਾਈ ਤੁਸੀਂ ਬੰਦਗੀ ਕਰਕੇ ਮੇਰੇ ਕੋਲ ਚਾਬੀ ਲੈ ਲਈ ਆ, ਤੇ ਚਾਬੀ ਸਿਆਣਾ ਪਿਓ ਉਸ ਪੁੱਤ ਨੂੰ ਦਿੰਦਾ ਏ ਜਿਹਨੂੰ ਪਤਾ ਏ, ਪਿਓ ਨੂੰ ਪਤਾ ਏ ਕਿ ਮੇਰੇ ਪੁੱਤ ਨੇ ਇਹ ਖਜ਼ਾਨਾ ਕਿੱਥੇ ਵੰਡਣਾ। ਇਹ ਰੱਬ ਦੇ ਖਜ਼ਾਨੇ ਨੂੰ ਹੇ ਲਟਾਉਂਦੇ ਨੇ। ਤੇ ਮਹਾਰਾਜ ਕਹਿੰਦੇ ਨੇ ਅੱਠ ਸੱਠ ਤੀਰਥ ਜਹਿ ਸਾਧ ਪੱਗ ਧਰੇ। ਗੁਰਬਾਣੀ ਦੀ ਪੰਗਤੀ ਛੋਟੀ ਏ ਪਰ ਅਰਥ ਬਹੁਤ ਵੱਡੇ ਨੇ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਪਿਆਰੇ ਆ
ਉਹ ਪਵਿੱਤਰ ਧਰਤੀ, ਪਵਿੱਤਰ ਅਸਥਾਨ, ਪਵਿੱਤਰ ਜਗ੍ਹਾ ਜਿੱਥੇ ਕੋਈ ਸਾਧੂ ਸੰਤ ਮਹਾਤਮਾ ਪਰਮਾਤਮਾ ਕੋਈ ਰੱਬ ਦਾ ਪਿਆਰਾ ਬਾਬਾ ਜਵਾਹਰ ਦਾਸ ਜੀ ਵਰਗੀ ਆਤਮਾ ਆਪਣੇ ਮੁਬਾਰਕ ਚਰਨ ਪਾਗ ਦੇ ਪੱਗ ਕਹਿੰਦੇ ਨੇ ਪੈਰ ਨੂੰ, ਜਿਹੜੀ ਧਰਤੀ ਵਿੱਚ ਇਹ ਚਰਨ ਪਾ ਦੇਣ ਉਹ ਧਰਤੀ ਅਠਾਹਟਾਂ ਸੱਠ ਤੇ ਅੱਠ ਅਠਾਹਟ ਹਿੰਦੂ ਮਤ ਨੇ ਅਠਾਹਟ ਤੀਰਥ ਮੰਨੇ ਆ, ਪਰ ਗੁਰੂ ਮਹਾਰਾਜ ਕਹਿੰਦੇ ਆ ਕਿ ਜਿੱਥੇ ਸਾਧੂ ਚਰਨ ਪਾ ਦੇਵੇ ਉਹ ਅਠਾਹਟਾਂ ਤੀਰਥਾਂ ਤੋਂ ਵੀ ਧਰਤੀ ਵੱਡੀ ਹੋ ਜਾਂਦੀ ਏ। ਕਿਉਂ ਹੋ ਜਾਂਦੀ ਏ? ਇੱਕ ਬਚਨ ਸੁਣ ਲਓ, ਨਜ਼ਰ ਸੰਤਾਂ ਦੀ ਤਾਰ ਦੀ ਡੁੱਬਿਆਂ ਨੂੰ ਬਦਲ ਦਿੰਦੀ ਏ ਜੀਵਨ ਮਹਾਨਿਆਂ ਨੂੰ, ਫਿਰ ਕਿਧਰੇ ਰਾਜ ਬਿਠਾਲਦੇ ਕੰਗਲੇ ਨੂੰ ਦਰ ਦਰ ਭੀਖ ਮੰਗਵਾ ਦੇ ਰਾਣਿਆਂ ਨੂੰ, ਬਦਲ ਦੇਣ ਤਕਦੀਰ ਦੇ ਹਰਫ ਪੁੱਠੇ ਬਖਸ਼ ਦੇਣ ਇਹ ਮਾਣ ਨਿਮਾਣਿਆਂ ਨੂੰ। ਸੰਗਤ ਕੀ ਸਾਧੂ ਤੇ ਰੱਬ ਵਿੱਚ ਭੇਦ ਕੋਈ ਨਾ, ਦੁਨੀਆਂ ਐਵੇਂ ਨੀ ਪੂਜਦੀ ਬਾਣਿਆਂ ਨੇ। ਜਦ ਇਸ ਦੁਨੀਆਂ ਉੱਤੇ ਕੂੜ ਪਖੰਡ ਚ ਫੇਰ ਦਿਸੇ, ਅੰਬਰ ਉੱਤੇ ਛਾਇਆ ਧੁੰਦ ਗਬਾਰ ਅੰਧੇਰ ਦਿਸੇ, ਇਹ ਸੂਰਜ ਦਾ ਬਣ ਰੂਪ ਆਕਾਸ਼ ਨਕਾਰ ਲਿਆਉਂਦੇ ਨੇ, ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ, ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ, ਕੋਈ ਨਹੀਂ ਆਪਣਾ ਅਤੇ ਬਦਾਨਾ ਸੰਸਾਂ ਨੂੰ, ਗੁਰਬਾਣੀ ਦਾ ਖੁੰਝਦਾ ਨਹੀਂ ਨਿਸ਼ਾਨਾ ਸੰਸਾਂ ਨੂੰ, ਗੁਰਬਾਣੀ ਦਾ ਖੁੰਝਦਾ ਨਹੀਂ ਨਿਸ਼ਾਨਾ ਸੰਸਾਂ ਨੂੰ, ਇਹ ਦੁਖੀਆਂ ਦੇ ਤਪਦੇ ਹਿਰਦੇ ਠਾਰਨੇ ਆਉਂਦੇ ਨੇ, ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ, ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ। ਇੱਥੇ ਸੰਤਾਂ ਦੀ ਮਹਿਮਾ ਨੂੰ ਸੁਣ ਕੇ ਤੁਲਸੀ ਦਾਸ ਵਰਗੇ ਵਿਦਵਾਨ ਵੀ ਇਹ ਗੱਲ ਕਹਿ ਉੱਠੇ, ਉਹ ਕਹਿੰਦੇ ਧਨ ਦਾ ਰਾਹ ਸੁੱਤ ਲਛਮੀ ਪਾਪੀ ਕੇ ਪੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲੱਭ ਡੋਏ। ਸਿੱਧੀ ਐਗਜ਼ੈਂਪਲ ਹੈ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਸਾਧੂ ਆ ਗਏ ਸੀ ਭੈਣੂ ਘਰੇ, 26 ਸਾਧੂ, ਉਹਨਾਂ ਕੀਰਤਨ ਆਰੰਭ ਕਰ ਦਿੱਤਾ ਜਿੱਥੋਂ ਰੈਣ ਸਬਾਈ ਕੀਰਤਨ ਚੱਲਿਆ। 6 ਵਜੇ ਸਵੇਰੇ ਭੋਗ ਪਾਇਆ ਤੇ 5 ਵਜੇ ਰੀਵਾ ਸ਼ਹਿਰ ਦੇ ਰਾਜੇ ਦੀ ਮਾਲਿਸ਼ ਕਰਨ ਜਾਂਦਾ ਸੀ ਸੈਣ ਨਾਈਆਂ ਦਾ ਮੁੰਡਾ, ਤੇ ਰੱਬ ਨੇ ਦੇਖਿਆ ਮੇਰੀ ਬੰਦਗੀ ਵਾਲੇ ਆ ਦੋਨੋਂ ਜੀ। ਰਾਜਾ ਜੇ ਅੱਜ ਰਾਜੇ ਦੇ ਮਾਲਿਸ਼ ਨਾ ਹੋਈ ਤੇ ਗੁੱਸੇ ਹੋ ਜਾਵੇਗਾ, ਮੇਰੇ ਭਗਤ ਨੂੰ ਸਜ਼ਾ ਦੇਵੇਗਾ ਸਜ਼ਾ। ਉਧਰ ਸੈਣ ਭਗਤ ਪਰਮਾਤਮਾ ਦੇ ਪਿਆਰੇ ਸੰਤ ਦੇ ਘਰ ਵਿੱਚ ਕੀਰਤਨ ਹੋ ਰਿਹਾ ਏ, ਤੇ ਦੋਨੋਂ ਜੀ ਸਾਧੂਆਂ ਨੂੰ ਭੋਜਨ ਛਕਾ ਰਹੇ ਆ। ਜਿਹਦੇ ਨਾਮ ਦਾ ਕੀਰਤਨ ਹੋ ਰਿਹਾ ਸੀ ਉਹ ਮੇਰਾ ਭਗਵਾਨ ਸੈਣ ਦਾ ਰੂਪ ਲੈ ਕੇ ਰਾਜੇ ਦਾ ਮਾਲਿਸ਼ੀਆ ਬਣ ਗਿਆ। ਗੱਜ ਕੇ ਆਖੋ ਸਤਨਾਮ, ਅਸੀਂ ਕੀ ਚਾਹੁੰਦੇ? ਤੋ ਆਓ ਆਪਣੇ ਕੋਲ ਹੁਣ ਤੋਂ ਲੈ ਕੇ ਤਕਰੀਬਨ 1 ਘੰਟਾ ਤੇ 25 ਮਿੰਟ
ਇਹ ਟਾਈਮ ਹੈਗਾ ਇਹ ਕਰਮਾਂ ਤੇ ਭਾਗਾਂ ਵਾਲੇ ਉਹ 4:30 ਵਜੇ ਤੱਕ ਤੇ ਯਤਨ ਕਰਾਂਗਾ ਟਾਈਮ ਵੱਧ ਲਾਵਾਂਗਾ ਪਰ ਜਿੰਨੇ ਤੁਸੀਂ ਬੈਠੇ ਹੋ ਜੇ ਤੁਸੀਂ ਉੱਠ ਕੇ ਤੁਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਅਸੀਂ ਵੀ ਤੁਹਾਡੇ ਤੋਂ ਵੀ ਕਾਹਲੇ ਆ ਗੱਜ ਕੇ ਆਖੋ ਸਤਨਾਮ ਥੋੜਾ ਜਿਹਾ ਨੂੰ ਉੱਥੇ ਹੀ ਕਰ ਦਿਓ ਬੋਲ ਦੀ ਪ੍ਰੋਬਲਮ ਆਈ ਲਓ ਜੀ ਇਹ ਹੋ ਗਿਆ ਸੰਤਾਂ ਦਾ ਭਗਤੀ ਵਾਲਾ ਰੂਪ ਤੇ ਵੀਰਾਂ ਵੱਲੋਂ ਹੁਕਮ ਹੈ ਕਿ ਸੰਤਾਂ ਦਾ ਸਿਪਾਹੀਆਂ ਵਾਲਾ ਰੂਪ ਅੱਜ ਸੰਗਤ ਨੂੰ ਵਿਖਾ ਦਿਓ ਕਿਉਂਕਿ ਗੱਲ ਜੰਗ ਯੁੱਧ ਦੀ ਚੱਲੀ ਇਹ ਸਾਧੂ ਚੌਂਕੜਾ ਮਾਰ ਕੇ ਭਗਤੀ ਕਰਦੇ ਸੀ ਕੋਈ ਜ਼ਾਲਮ ਆਣ ਕੇ ਇਹਨਾਂ ਨੂੰ ਸਤਾਉਂਦਾ ਨਾ ਤੇ ਇਹਨਾਂ ਨੂੰ ਫਿਰ ਕਿਸੇ ਸੂਰਮੇ ਦੀ ਸ਼ਰਨ ਵਿੱਚ ਜਾਣਾ ਪੈਂਦਾ ਸੀ ਕਿਸੇ ਰਾਜੇ ਕੋਲ ਜਾਣਾ ਪੈਂਦਾ ਸੀ ਕਿਸੇ ਸਿਪਾਹੀ ਕੋਲ ਜਾਣਾ ਪੈਂਦਾ ਸੀ ਵੀ ਮੇਰੀ ਭਗਤੀ ਵਿੱਚ ਵਿਘਨ ਪੈਂਦਾ ਇਹ ਮੇਰੀ ਰੱਖਿਆ ਕਰ ਧਿਆਨ ਦੇਣਾ ਇਹ ਦੋ ਗੱਲਾਂ ਨੋਟ ਕਰ ਲਓ ਤੇ ਜੇ ਕੋਈ ਸਿਪਾਹੀ ਜੰਗ ਲੜ ਕੇ ਆਉਂਦਾ ਏ ਉਹਨੂੰ ਅਧਿਆਤਮਕ ਗਿਆਨ ਤੇ ਸ਼ਾਂਤੀ ਚਾਹੀਦੀ ਏ ਤੇ ਉਹਨੂੰ ਸੰਤ ਕੋਲ ਜਾਣਾ ਪੈਂਦਾ ਸੀ ਮੇਰੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਇਹ ਮਰਯਾਦਾ ਹੀ ਖਤਮ ਕਰ ਦੇਣੀ ਮੇਰੇ ਆ ਸਿੱਖਾ ਸੰਤ ਵੀ ਤੂੰ ਹੋਵੇਂਗਾ ਚੌਂਕੜਾ ਮਾਰ ਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇਗਾ ਆਪ ਜਪੇਗਾ ਲੋਕਾਂ ਨੂੰ ਜਪਾਵੇਂਗਾ ਤੇ ਮਹਾਰਾਜ ਦੂਜੀ ਗੱਲ ਕਹਿੰਦੇ ਅੱਜ ਤੋਂ ਤੈਨੂੰ ਆਤਮਕ ਰੱਖਿਆ ਲਈ ਕਿਸੇ ਦੇ ਕੋਲ ਨਹੀਂ ਜਾਣਾ ਪਵੇਗਾ ਮੈਂ ਤੇਰੇ ਗਾਤਰੇ ਕਿਰਪਾਨ ਪਾ ਕੇ ਮੋਢੇ ਪੀਰਾਂ ਦਾ ਪੱਥਾ ਹੱਥ ਵਿੱਚ ਕਮਾਨ ਦੇ ਕੇ ਤੈਨੂੰ ਸਿਪਾਹੀ ਵੀ ਬਣਾ ਦੇਣਾ ਤੂੰ ਭਗਤੀ ਕਰਦਾ ਹੋਵੇ ਕੋਈ ਜੁਰਮਾਨਾ ਚੜ ਕੇ ਆ ਜਾਵੇ ਤੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਬਸ ਮੇਰੇ ਚਰਨਾਂ ਨੂੰ ਧਿਆ ਕੇ ਆਪਣੀ ਤੇਗ ਬੇਮਿਆਨ ਕਰ ਲਾ ਤੇ ਦੁਸ਼ਟਾਂ ਦਾ ਗਾਟਾ ਲਾ ਦੇ ਮਹਾਰਾਜ ਨੇ ਸੰਤ ਤੇ ਸਿਪਾਹੀ ਨਹੀਂ ਬਣਾਈ ਸੰਤ ਤੇ ਸਿਪਾਹੀ ਨਹੀਂ ਬਣਾਈ ਬਣਾਏ ਕੀ ਸੰਤ ਸਿਪਾਹੀ ਉਹੋ ਹੀ ਸੰਤ ਤੇ ਉਹੋ ਹੀ ਸਿਪਾਹੀ ਸੰਤਾਂ ਦਾ ਸਿਪਾਹੀਆਂ ਵਾਲਾ ਰੂਪ ਆਪਾਂ ਤੁਹਾਨੂੰ ਵਿਖਾਉਣਾ ਹੈ ਲਓ ਜੀ ਆਪਾਂ ਇੱਥੋਂ ਸਿੱਧੇ ਚੱਲੀਏ ਤਰਨ ਤਾਰਨ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਮਨ ਕਰਕੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੱਜਿਆ ਹੋਇਆ ਦਰਬਾਰ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਅਬਦਾਲੀ ਅਹਿਮਦ ਸ਼ਾਹ ਮੇਰੇ ਹਿੰਦੁਸਤਾਨ ਭਾਰਤ ਦੇਸ਼ ਨੂੰ ਲੁੱਟਣ ਵਾਸਤੇ ਚੜ ਕੇ ਆਇਆ ਮੈਂ ਤੇ ਕਹਿਣਾ ਉਹ ਢਾਡੀ ਵੀਰੋ ਉਹ ਕਵੀਸ਼ਰ ਵੀਰੋ ਇਹਨਾਂ ਕ ਗਾਓ ਇਹਨਾਂ ਕੋ ਗਾਓ ਆ ਦਿੱਲੀ ਵਾਲਿਆਂ ਦੇ ਕੰਨਾਂ ਦੀ ਮੈਲ ਜਿਹੜੀ ਹੈ ਉਗਲ ਕੇ ਬਾਹਰ ਆ ਜਾਵੇ ਦੇਸ਼ ਵਾਸੀਓ ਮਿੱਤਰੋ ਮਿਹਰਬਾਨੋ ਤੁਹਾਡਾ ਧਰਮ ਬਚਾਇਆ ਤੇ ਖਾਲਸੇ ਨੇ ਕਾਲੀ ਤਵੀ ਵਰਗੇ ਧੂਫ ਜਿਹੇ ਚਿਹਰਿਆਂ ਨੂੰ ਸੂਹਾ ਰੰਗ ਚੜਾਇਆ ਤੇ ਸਾਡੇ ਇਸ ਇਤਿਹਾਸ ਦੇ ਪੰਨਿਆਂ ਨੂੰ ਜਿਉਣ ਜੋਗੇ ਬਣਾਇਆ ਤੇ ਖਾਲਸੇ ਨੇ ਆਪ ਫਾਂਸੀਆਂ ਦੇ ਤਖਤੇ ਝੂਟ ਕੇ ਤੇ ਦਿੱਲੀ ਤਖਤ ਬਣਾਇਆ ਤੇ ਖਾਲਸੇ ਨੇ ਭੈਣੋ 35 ਸਾਲ ਆਪਾਂ ਬਰਬਾਦ ਕਰ ਲਏ ਪਿਛਲੇ ਮੇਰੀਆਂ ਮਾਵਾਂ ਵੀ ਬੈਠੀਆਂ ਧੀਆਂ ਵੀ ਭੈਣਾਂ ਵੀ ਸਵਾਲ ਕਰੋ ਕਿੱਥੇ ਪੈਲਸਾਂ ਵਿੱਚ ਮਾੜੇ ਖਾਣੇ ਖਾ ਕੇ ਮਾੜੇ ਗੀਤ ਸੁਣ ਕੇ ਮਾੜੀ ਫੈਸ਼ਨ ਪ੍ਰਸਤੀ ਕਰਕੇ ਨਲੂਏ ਪੈਲਸਾਂ ਵਿੱਚ ਪੈਦਾ ਨਹੀਂ ਹੁੰਦੇ ਨਲੂਏ ਉਹਨਾਂ ਕੁੱਖਾਂ ਨੂੰ ਭਾਗ ਲਾਉਂਦੇ ਨੇ ਜਿਹੜੇ ਹਰ ਵੇਲੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਧਿਆਉਂਦੇ ਨੇ ਧਿਆਨ ਦੇਣ ਦਾ ਯਤਨ ਕਰਿਓ ਜਰਾ ਪੈਲਸਾਂ ਵਿੱਚ ਨੱਚਣ ਵਾਲਿਆਂ ਦੇ ਘਰ ਵਿੱਚ ਕਦੇ ਅਟਾਰੀ ਨਹੀਂ ਪੈਦਾ ਹੋ ਸਕਦਾ ਕਦੇ ਨਲੂਆ ਨਹੀਂ ਪੈਦਾ ਹੋ ਸਕਦਾ ਕਦੇ ਬੰਦਾ ਸਿੰਘ ਬਹਾਦਰ ਨਹੀਂ ਪੈਦਾ ਹੋ ਸਕਦਾ ਇਹ ਪੰਜਾਂ
ਨਦੀਆਂ ਨਦੀਆਂ ਦੀ ਧਰਤ ਪੰਜਾਬ ਦੀ ਏ, ਜਿਹੜੀ ਮੌਤ ਦੀ ਹਿੱਕ ਤੇ ਵਸਦੀ ਏ, ਇੱਕੋ ਮਾਂ ਪੰਜਾਬਣ ਜੋ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਹੱਸਦੀ ਏ। ਔਰ ਦਿੱਲੀ ਵਾਲਿਓ ਸੁਣੋ, ਦਿੱਲੀ ਬਰਬਾਦ ਕਰ ਦਿੱਤੀ ਅਹਿਮਦ ਸ਼ਾਹ ਅਬਦਾਲੀ ਨੇ, ਮਥੁਰਾ ਬਰਬਾਦ ਕਰ ਦਿੱਤਾ, ਗਵਾਲੀਅਰ ਬਰਬਾਦ ਕਰ ਦਿੱਤਾ, ਫਰੀਦਾਬਾਦ ਤੱਕ ਲੁੱਟ ਮਾਰ ਮੰਦਰ ਢਾ ਦਿੱਤੇ, ਧਨ ਦੌਲਤ ਨਾਲ ਢਿੱਡ ਨਹੀਂ ਭਰਿਆ, ਉਹਦੀ ਅੱਖ ਹਿੰਦੁਸਤਾਨ ਦੇ ਹਿੰਦੂ ਹੁਸਨ ਦੇ ਉੱਤੇ ਗਈ, ਹਜ਼ਾਰਾਂ ਧੀਆਂ ਆਪਣੀ ਗ੍ਰਿਫਤ ਵਿੱਚ ਲੈ ਕੇ ਦਿੱਲੀ ਮਥੁਰਾ ਗਵਾਲੀਅਰ ਫਰੀਦਾਬਾਦ ਦੇ ਸ਼ਹਿਰਾਂ ਵਿੱਚੋਂ ਲੱਦ ਕੇ ਗੱਡਿਆਂ ਦੇ ਉੱਤੇ ਹਿੰਦੁਸਤਾਨ ਦੀ ਇੱਜ਼ਤ ਨੂੰ, ਹਰਿਆਣੇ ਦੇ ਥਨੇਸਰ ਪਿੰਡ ਵਿੱਚ ਆਣ ਕੇ ਅਬਦਾਲੀ ਨੇ ਛਾਤੀ ਤੇ ਹੱਥ ਮਾਰ ਕੇ ਵੰਗਾਰਿਆ, ਕਹਿੰਦਾ ਹਿੰਦੁਸਤਾਨ ਮੁਰਦਿਆਂ ਦਾ ਦੇਸ਼, ਇੱਥੇ ਕੋਈ ਮਰਦ ਨਹੀਂ ਹੈਗਾ, ਮਾਰ ਕੇ ਛਾਤੀ ਤੇ ਹੱਥ, ਕਹਿੰਦਾ ਇਹ ਇਹਨਾਂ ਨੂੰ ਟਕੇ ਟਕੇ ਨੂੰ ਵੇਚਣ ਵਾਸਤੇ ਕਾਬਲ ਕੰਧਾਰ ਗਜਨੀ ਦੇ ਮਯਾਰਾਂ ਵਿੱਚ ਵੇਚਣ ਵਾਸਤੇ ਮੈਂ ਬੰਨ ਕੇ ਲੈ ਚੱਲਿਆ, ਮੁਰਦਾ ਹੋ ਚੁੱਕੇ ਦੇਸ਼ ਦੇ ਲੋਕ ਮੁਰਦਾ ਹੋ ਚੁੱਕੇ ਨੇ, ਖਬਰਾਂ ਮਿਲ ਗਈਆਂ ਅਣਖੀ ਯੋਧਿਆਂ ਨੂੰ, ਕੌਮ ਦੇ ਜਰਨੈਲ ਥੰਨ ਬਾਬਾ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ ਨੇ ਪਾਈ ਘੋੜੇ ਉੱਤੇ ਕਾਠੀ ਤੇ ਅਬਦਾਲੀ ਦੇ ਅੱਗੇ ਆਣ ਕੇ ਪਹਾੜ ਬਣ ਕੇ ਖੜ ਗਿਆ। ਇੱਕ ਵਾਰੀ ਗੱਜ ਕੇ ਆਖੋ ਸਤਨਾਮ, ਜਿਹੜਾ ਮਾਂ ਦਾ ਪੁੱਤਰ ਸਾਹਮਣੇ ਆਇਆ ਟੁਕੜੇ ਟੁਕੜੇ ਕਰ ਦਿੱਤਾ, ਹਜ਼ਾਰਾਂ ਧੀਆਂ ਉਹਦੀ ਕੈਦ ਵਿੱਚੋਂ ਆਜ਼ਾਦ ਕਰਾ ਕੇ, ਬਹੁਤੀਆਂ ਨੇ ਆਖਿਆ ਹੁਣ ਘਰਾਂ ਵਿੱਚ ਨਹੀਂ ਜਾਣਾ, ਭਰਾ ਇੱਜ਼ਤਾਂ ਨਹੀਂ ਬਚਾ ਸਕੇ, ਅੰਮ੍ਰਿਤ ਦੀ ਦਾਤ ਦੇ ਦਿਓ, ਬਸ ਜਿੱਥੇ ਗੁਰੂ ਦਾ ਖਾਲਸਾ ਰਹੇਗਾ ਉੱਥੇ ਰਹਿਣਾ। ਤੋਰ ਦਿੱਤੀਆਂ ਧੀਆਂ ਘਰੋ ਘਰੀ, ਬਹੁਤੀਆਂ ਨੇ ਅੰਮ੍ਰਿਤ ਛਕ ਲਿਆ, ਅਬਦਾਲੀ ਨੂੰ ਲੱਗ ਗਈ ਅੱਗ, ਲੈ ਕੇ ਲੱਖਾਂ ਪਹੁੰਚਾ ਪਹੁੰਚਾ ਹਰਿਮੰਦਰ ਢਾ ਦਿਓ, ਸਿੱਖਾਂ ਦਾ ਹਰਿਮੰਦਰ ਪੂਰ ਦਿਓ ਸਰੋਵਰ, ਖਬਰਾਂ ਮਿਲ ਗਈਆਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਕਿ ਅਬਦਾਲੀ ਨੇ ਹਾਰ ਕੇ ਆਹ ਕਹਿਰ ਕਮਾਇਆ ਏ, ਲਓ ਜੀ ਲੈ ਕੇ ਮੁੱਠੀ ਪਰ ਜੋਧੇ। ਕੌਮੀ ਜਰਨੈਲ ਬਾਬਾ ਦੀਪ ਸਿੰਘ ਜੀ ਹਰੀ ਮੰਦਰ ਦੀ ਬੇਅਦਬੀ ਦਾ ਬਦਲਾ ਲੈਣ ਲਈ ਤਰਨ ਤਾਰਨ ਪਹੁੰਚ ਗਿਆ, ਕੋਈ 12 ਸਾਲ ਦਾ ਬੱਚਾ ਏ, ਕੋਈ 96 ਸਾਲ ਦਾ ਬਾਬਾ ਨੌਦ ਸਿੰਘ। ਥੋੜਾ ਜਿਹਾ ਧਿਆਨ ਦੇ ਨਾਲ ਗੱਲ ਸੁਣਿਓ, ਇਸ ਲੜਾਈ ਵਿੱਚ 12 ਸਾਲ ਦੇ ਮਾਂ ਦੇ ਪੁੱਤਰ ਬੱਚੇ ਤੋਂ ਲੈ ਕੇ ਤੇ 96 ਸਾਲ ਦੇ ਬਾਬਾ ਨੌਦ ਸਿੰਘ ਤੱਕ 10,000 ਯੋਧੇ ਲੜੇ ਆ, 6,000 ਸ਼ਹੀਦ ਹੋਏ, ਪਰ 1,35,000 ਦੀਆਂ ਗੋਡਲੀਆਂ ਕਿਵੇਂ ਲਵਾਈਆਂ, ਇਹ ਬਚਨ ਤੁਹਾਡੇ ਨਾਲ ਸਾਂਝਾ ਕਰਨਾ ਹੀ। ਗੱਲ ਅਰਦਾਸ ਤੋਂ ਆਰੰਭ ਹੋਣ ਲੱਗੀ ਏ, ਸਾਧੂ ਕਦੇ ਵੀ ਅਰਦਾਸ ਤੋਂ ਬਿਨਾਂ, ਸਿੱਖਾ ਇੱਕ ਗੱਲ ਪੱਲੇ ਬੰਨ, ਘਰ ਵਿੱਚ ਧੀ ਪੁੱਤ ਦਾ ਕਾਰਜ ਕਰਨ ਲੱਗਾ, ਕਿਸੇ ਪੋਤਰੇ ਪੋਤਰੀ ਦੀ ਦਾਤ ਮਿਲੀਏ, ਕੋਈ ਦੋਤੇ ਦੋਤਰੀ ਦੀ ਦਾਤ ਮਿਲੀਏ, ਕੋਈ ਫਸਲ ਚੰਗੀ ਹੋਈਏ, ਇੱਕ ਪੰਗਤੀ ਪੜ ਲਿਆ ਕਰ, ਕਾਰਜ ਦੀ ਆਰੰਭਤਾ ਵੇਲੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ। ਜਿਹਨੇ ਇਹ ਗੱਲ ਪੱਲੇ ਬੰਨ ਲਈ ਜ਼ਿੰਦਗੀ ਵਿੱਚ, ਮਹਾਰਾਜ ਉਹਦਾ ਵਾਲ ਨਹੀਂ ਵਿੰਗਾ ਹੋਣ ਦਿੰਦੇ। ਲਓ ਜੀ ਅਬਦਾਲੀ ਕੋਲੋਂ ਲੈਣਾ ਇਹ ਬਦਲਾ, 10,000 ਸਿੰਘ ਤਰਨ ਤਾਰਨ ਦੀ ਪਾਵਨ ਧਰਤੀ ਅੰਦਰ ਕਰਕੇ ਇਸ਼ਨਾਨ ਪਹਿਨ ਕੇ ਵਸਤਰ ਸਜਾ ਕੇ ਸ਼ਸਤਰ ਅੱਖਾਂ ਦੇ ਵਿੱਚ ਅੱਗ ਦੇ ਅੰਗਿਆਰੇ ਆ। ਕੌਮੀ ਜਰਨੈਲ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਸਾਧੂ ਜਪੀ ਤਪੀ ਪਰਮੇਸ਼ਰ ਦਾ ਪਿਆਰਾ ਲੈ ਕੇ ਦੋ ਧਾਰਾ ਖੰਡਾ ਆ ਗਿਆ ਆਪਣੇ ਗੁਰੂ ਗ੍ਰੰਥ ਮਹਾਰਾਜ ਦੇ ਚਰਨਾਂ ਵਿੱਚ, ਬਈ ਪਾ ਕੇ ਗਲ ਵਿੱਚ ਪੱਲਾ ਅਬਦਾਲੀਆਂ ਦੇ ਕੋਲੋਂ ਬਦਲਾ ਲੈਣ ਵਾਸਤੇ। ਕੌਮੀ ਜਰਨੈਲ ਗੁਰੂ ਦੀਆਂ ਚਰਨਾਂ ਵਿੱਚ ਅਰਦਾਸਾ ਹੇ ਐਂ ਸੋਧ ਰਿਹਾ ਵੇ,
ਭਾਵੇਂ ਲੱਖ ਪਹਾੜੀਆਂ ਰਾਹ ਰੋਕਣ, ਕਦੇ ਵਹਿਣ ਦਰਿਆਵਾਂ ਦੇ ਰੁਕਦੇ ਨਾ, ਡਰ ਜਾਂਦੇ ਨੇ ਦਿਲ ਕਮਜ਼ੋਰ ਵਾਲੇ, ਸੱਚੇ ਆਸ਼ਕ ਨਿਸ਼ਾਨੀ ਉੱਕਦੇ ਵਿੱਚ ਲੁਕਦੇ ਨਾ, ਮਰਦ ਮਰ ਜਾਂਦੇ ਆਪਣੀ ਅਣਖ ਬਦਲੇ, ਕਦੇ ਬੈਰੀਆਂ ਦੇ ਅੱਗੇ ਝੁਕਦੇ ਨਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਇਹ ਹੁੰਦਾ ਕਿ ਢੱਡ ਕਿੰਨੀ ਸੋਹਣੀ ਵੱਜਦੀ ਹੈ, ਵਾਹ ਵਾਹ ਸਰੰਗੀ ਦੇ ਪੋਟੇ ਬਹੁਤ ਵਧੀਆ, ਆਵਾਜ਼ਾਂ ਬਹੁਤ, ਇੱਥੋਂ ਤੱਕ ਨਹੀਂ ਰਹਿਣਾ, ਇਹਦੇ ਅੱਖਰੀ ਅਰਥ ਕੀ ਆ ਜਿਹੜਾ ਸਾਕਾ ਮੇਰੇ ਵੀਰਾਂ ਨੇ ਬੋਲਿਆ। ਪਹਿਲੀ ਪੰਕਤੀ ਏ ਸਿੰਘ ਅਰਦਾਸ ਗੁਜ਼ਾਰਦਾ ਗਲ ਪੱਲਾ ਪਾ ਕੇ, ਤੇ ਜਦੋਂ ਦੂਜੀ ਪੰਕਤੀ ਬੋਲੀ ਨਾ ਬਾਬਾ ਦੀਪ ਸਿੰਘ ਜੀ ਨੇ, ਇੱਕ ਵਾਰੀ ਤਰਲੋਕੀ ਵਿੱਚ ਭੁਚਾਲ ਆ ਗਿਆ, ਆਕਾਸ਼ ਧਰਤੀ ਤੇ ਪਤਾਲ ਵਿੱਚ, ਫਿਰ ਗੱਜ ਕੇ ਆਖੋ ਸਤਨਾਮ। ਬਾਬਾ ਜੀ ਕਹਿੰਦੇ ਮੈਂ ਮਰਨਾ ਹੈ ਗੁਰ ਧਾਮ ਨੂੰ ਯਾਦ ਕਰਾ ਕੇ, ਹੇ ਦੀਨ ਦੁਨੀ ਦੇ ਵਾਲੀ ਮੇਰੇ ਸੱਚਿਆ ਪਾਤਸ਼ਾਹ, ਅੰਮ੍ਰਿਤ ਛਕਿਆ ਏ ਤੁਹਾਡਾ ਹੁਕਮ ਮੰਨਿਆ ਏ, ਬਾਣੀ ਬਾਣੇ ਨਾਲ ਪਿਆਰ ਕੀਤਾ ਏ, ਜ਼ਿੰਦਗੀ ਵਿੱਚ ਜੋ ਤੁਸਾਂ ਨੇ ਕਿਹਾ ਏ ਤੇਰੇ ਪੁੱਤਰ ਨੇ ਕਮਾਇਆ।
ਕਿ ਅੱਜ ਬਾਣੀ ਕੇ ਬਾਣੀ ਦੀ ਲਾਜ, ਅੱਜ ਤੇਰਾ ਪੁੱਤਰ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਕਿ ਜਿੰਨਾ ਚਿਰ ਤੱਕ ਮੈਂ ਤੇਰੇ ਘਰ ਨੂੰ ਵੈਰੀ ਦੇ ਕਬਜ਼ੇ ਚੋਂ ਆਜ਼ਾਦ ਨਹੀਂ ਕਰਵਾ ਲੈਂਦਾ, ਜਿੰਨਾ ਚਿਰ ਵੈਰੀਆਂ ਦੇ ਟੁਕੜੇ ਟੁਕੜੇ ਕਰਕੇ ਕਾਵਾਂ ਕੁੱਤਿਆਂ ਨੂੰ ਨਹੀਂ ਪਾ ਦੇਂਦਾ ਮੇਰੇ ਸਤਿਗੁਰਾ। ਇਹ ਮੌਤ ਛੱਡ ਕੇ ਇਹਦਾ ਪਿਓ ਜਮਰਾਜ ਵੀ ਮੇਰੇ ਸਾਹਮਣੇ ਕਿਉਂ ਨਾ ਆ ਜਾਵੇ, ਮੈਂ ਸ਼ਹੀਦ ਨਹੀਂ ਹੋਣਾ। ਅੱਜ ਕਿੱਥੇ ਚਲੇ ਗਿਆ ਹੈ ਮੇਰਾ ਪੰਥ, ਅੱਜ ਗੁਰੂ ਦਾ ਸਿੱਖ ਇੰਨਾ ਤਰਕਵਾਦੀ ਕਿਉਂ ਹੋ ਗਿਆ ਹੈ? ਜਿਹੜਾ ਤਰਕਵਾਦੀ ਹੋ ਗਿਆ ਉਹਦਾ ਮਤਲਬ ਇਹ ਹੈ ਕਿ ਉਹਦਾ ਗੁਰੂ ਦੇ ਚਰਨਾਂ ਤੋਂ ਭਰੋਸਾ ਉੱਠ ਗਿਆ ਹੈ। ਫਿਰ ਗੱਜ ਕੇ ਆਖੋ ਸਤਨਾਮ, ਜਾਂ ਤੇ ਉਹਨੂੰ ਭਰੋਸਾ ਨਹੀਂ ਰਿਹਾ ਤੇ ਜਾਂ ਉਹ ਜਾਣ ਕੇ ਅਣਜਾਣ ਬਣਦਾ। ਤੇ ਜਿਹੜਾ ਗੁਰੂ ਦਾ ਅਸਲੀ ਸਿੱਖ ਹੈ ਨਿਤਨੇਮੀ, ਉਹ ਕਦੇ ਗੁਰੂ ਦੇ ਉੱਤੇ ਚੜ੍ਹਾਈ ਵੀ ਨਹੀਂ ਉਹ ਕਰਦਾ। ਬਾਬਾ ਜੀ ਨੇ ਇਹ ਗੱਲ ਕਹਿ ਦਿੱਤੀ ਕਿ ਉਹਨਾਂ ਚਿਰ ਤੱਕ ਸ਼ਹੀਦ ਨਹੀਂ ਹੋਣਾ ਜਿੰਨਾ ਚਿਰ ਤੱਕ ਵੈਰੀਆਂ ਨੂੰ ਡੰਡ ਦੇ ਕੇ ਤੇਰੇ ਘਰ ਨੂੰ ਇਹਨਾਂ ਦੇ ਕਬਜ਼ੇ ਚੋਂ ਆਜ਼ਾਦ ਨਹੀਂ ਕਰਵਾ ਲੈਂਦਾ। ਪਰ ਕਹਿੰਦਿਆਂ ਸੀਸ ਝੁੱਕ ਗਿਆ ਗੁਰੂ ਦੇ ਚਰਨਾਂ ਉੱਤੇ ਤੇ ਆਵਾਜ਼ ਆਈ, ਹੁਣ ਤੈਨੂੰ ਲਾਜਾਂ ਸਤਿਗੁਰੂ ਕਿਹਾ ਸੀਸ ਝੁਕਾ ਕੇ। ਮਹਾਰਾਜ ਤੇਰੇ ਪੁੱਤਰ ਨੇ ਜੋ ਕਹਿਣਾ ਕਹਿ ਦਿੱਤਾ, ਹੁਣ ਅੱਗੇ ਤੂੰ ਜਾਣ ਤੇ ਤੇਰਾ ਕੰਮ ਜਾਣੀ। ਇਹ ਆ ਭਰੋਸਾ। ਤੇ ਭੈਣੋ, ਭਰੋਸੇ ਨਾਲ ਹੀ ਇਹ ਦੁਨੀਆਂ ਚੱਲੀ ਆਈ ਹੈ ਤੇ ਭਰੋਸੇ ਨਾਲ ਹੀ ਚੱਲਣੀ। ਜੁਗਾਂ ਤੋਂ ਜਦੋਂ ਜ਼ਾਲਮ ਜ਼ੁਲਮ ਕਮਾਉਂਦਾ ਹੈ ਨਾ ਰੱਬ ਦੀ ਦੁਨੀਆਂ ਉੱਤੇ, ਤੇ ਜਿਹੜੇ ਬੇਨਿਤਨੇਮੀਆਂ ਹੁੰਦੇ ਨੇ, ਨਿਤਨੇਮ ਨਹੀਂ ਕਰਦੇ, ਜਿਹੜੇ ਬੇਵਿਸ਼ਵਾਸੇ ਹੁੰਦੇ ਨੇ, ਉਹ ਡੋਲ ਜਾਂਦੇ ਨੇ ਹੁਣ ਕੀ ਬਣੇਗਾ ਕੀ ਹੋਊਗਾ। ਤੇ ਜਿਹੜੇ ਨਿਤਨੇਮੀ ਹੁੰਦੇ ਨੇ ਉਹ ਫਿਰ ਇਹੋ ਜਿਹਾ ਤੂਫਾਨਾਂ ਚ ਵੀ ਕਹਿੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਤਾ, ਸਿਮਰਨ ਵਾਲੇ ਬਣੋ ਕੋਈ ਖਤਰਾ ਨਹੀਂ। ਬਾਬਾ ਦੀਪ ਸਿੰਘ ਦੀ ਅਰਦਾਸ ਜਦੋਂ ਇਹ ਗੱਲ ਹੋਈ, ਫਿਰ ਕਹਿੰਦੇ ਤਰਲੋਕੀ ਵਿੱਚ ਭੁਚਾਲ ਆ ਗਿਆ। ਓ ਯਮਰਾਜ ਦੀ ਜਾਈ ਅੰਗੜਾਈ ਲੈ ਕੇ ਉੱਠੀਏ, ਗੱਲਾਂ ਚਾਰ ਪੱਲੇ ਬੰਨੋ। ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਵਿੱਚ ਕਚਹਿਰੀਆਂ ਲੜਦੀ, ਅਕਲ ਵਕੀਲ ਬਣ ਕੇ ਕਚਹਿਰੀਆਂ ਚ ਲੜਦੀ ਤੇ ਮਗਰ ਖੜੋਤੀ ਏ ਦੌਲਤ ਮਾਰ ਕੇ। ਭੈਣੋ, ਅਕਲ ਨੂੰ ਧੱਕਾ ਕਹਿੰਦੀ ਪਰਾਂ ਹੋ, ਮੈਂ ਤੇਰੇ ਤੋਂ ਵੱਡੀ, ਮੇਰਾ ਦੁਨੀਆ ਪਾਣੀ ਭਰਦੀ। ਦੌਲਤ ਅਕਲ ਨੂੰ ਖਰੀਦ ਲੈਂਦੀ ਏ ਨਾ। ਇਲਮ ਕਹਿੰਦਾ ਤੁਹਾਡੇ ਦੋਹਾਂ ਤੋਂ ਵੱਡਾ, ਖਬਰ ਦਿਆਂ ਪਲ ਪਲ ਦੀ, ਪਰ ਮੌਤ ਕਹਿੰਦੀ ਮੈਂ ਸਭ ਤੋਂ ਵੱਡੀ, ਜੋ ਚਾਹਾਂ ਸੋ ਕਰ। ਹੈ ਕੋਈ ਮੇਰੇ ਤੋਂ ਵੱਡਾ? ਮੱਥੇ ਦੇ ਉੱਤੇ ਤਿਉੜੀਆਂ ਪੈ ਗਈਆਂ, ਓਏ ਕਿਹੜੇ ਗੁਰੂ ਦਾ ਕਿਹੜਾ ਸਿੰਘ ਏ, ਕਿਹੜੀ ਤਰਨ ਤਾਰਨ ਦੀ ਧਰਤੀ ਏ, ਮੈਨੂੰ ਮੌਤ ਨੂੰ ਵੰਗਾਰ ਕੇ ਕਹਿੰਦਾ ਏ ਕਿ ਬਦਲਾ ਲੈ ਕੇ ਅਬਦਾਲੀਆਂ ਦੇ ਟੋਟੇ ਕਰਕੇ ਸ਼ਹੀਦ ਹੋਣਾ। ਵੀ ਦੀਪ ਸਿੰਘਾ ਤੂੰ ਮੌਤ ਨੂੰ ਜਾਣਦਾ ਨਹੀਂ। 18 ਸਾਲ ਦੀ ਇਹ ਮਤ ਹੈ, ਇਹ ਖਿਆਲਾਤ ਨੇ। ਇੱਕ ਦੁਲਹਨ ਦਾ ਰੂਪ ਧਾਰਨ ਕਰਕੇ ਤਰਨ ਤਾਰਨ ਦੇ ਬਾਈਪਾਸ ਚੌਂਕ ਇੱਕ ਰੇਤਾ ਦੇ ਟਿੱਬੇ ਉੱਤੇ ਆਣ ਕੇ ਖੜ ਗਈ। ਇਧਰ ਲੱਗੀਆਂ ਨਗਾਰਿਆਂ ਉੱਤੇ ਚੋਟਾਂ, 10,000 ਸਿੰਘ ਮਰਨ ਮਾਰਨ ਵਾਸਤੇ ਮੈਦਾਨ ਵਿੱਚ ਨਿਤਰ ਪਏ ਨੇ। ਤਰਨ ਤਾਰਨ ਦੀ ਧਰਤੀ ਗੁਰੂ ਪਿਤਾ ਦੀਆਂ ਪਰਿਕਰਮਾ ਕਰਕੇ ਅੰਮ੍ਰਿਤਸਰ ਨੂੰ ਤੁਰ ਪਏ, ਸ਼ਹਿਰੋਂ ਬਾਹਰ ਨਿਕਲੇ। ਇਹ ਅਮਰ ਜੀਵੜਿਆਂ ਦਾ ਇਤਿਹਾਸ,
ਇਹਨਾਂ ਨੇ ਦੁਨੀਆਂ ਤੋਂ ਕਦੇ ਮਰਨਾ ਨਹੀਂ ਤੇ ਅਸੀਂ ਦੁਨੀਆਂ ਦੇ ਉੱਤੇ ਰਹਿਣਾ ਨਹੀਂ। ਉਹ ਗੱਜ ਕੇ ਆਖੋ ਸਤਨਾਮ। ਫਿਰ ਸਿਆਣੇ ਪਤਾ ਕੀ ਕਹਿੰਦੇ ਆ, ਕਹਿੰਦੇ ਉਹਨਾਂ ਦੀ ਯਾਦ ਚ ਸਦ ਹੀ ਮੇਲੇ ਪੈ ਲੱਗਦੇ ਨੇ। ਅੱਜ ਇਹਨਾਂ ਦਾ ਆਪਾਂ ਇਤਿਹਾਸ ਗਾ ਰਹੇ ਹਾਂ। ਉਹਨਾਂ ਦੀ ਯਾਦ ਚ ਸਦ ਹੀ ਮੇਲੇ ਪੈ ਲੱਗਦੇ ਨੇ। ਫੁੱਲਾਂ ਦੀ ਵਰਖਾ ਹੋਵੇ ਤੇ ਦੀਵੇ ਪੈ ਜਗਦੇ ਨੇ। ਗਾਵਣ ਕੇ ਢਾਡੀ ਵਾਰਾਂ ਸੰਗਤਾਂ ਨਾਲ ਬਹਿਣਗੀਆਂ, ਭਲਿਆਂ ਪੁਰਸ਼ਾਂ ਦੀਆਂ ਯਾਦਾਂ ਦੁਨੀਆਂ ਤੇ ਰਹਿਣਗੀਆਂ। ਜਿਹੜੇ ਨੇਕੀਆਂ ਕਰ ਜਾਂਦੇ ਉਹ ਦੁਨੀਆਂ ਤੋਂ ਮਰਦੇ ਨਹੀਂ। ਨਿਕਲੇ ਗੁਰੂ ਦੇ ਲਾਲ ਸ਼ਹਿਰੋਂ ਬਾਹਰ, ਜਦੋਂ ਜਥਾ ਆਉਂਦਾ ਵੇਖਿਆ ਤੇ ਫਿਰ ਮੌਤ ਨੇ ਅੰਗੜਾਈ ਲਈ। ਆਵਾਜ਼ ਮਾਰ ਕੇ ਕਹਿੰਦੀ ਆ, ਦੀਪ ਸਿੰਘ ਕਲਗੀ ਧਰ ਦੇ। ਲਾਲ ਨੇ ਨੇਤਰ ਪੁੱਟ ਕੇ ਤੱਕਿਆ, ਮੱਥੇ ਤੇ ਹੱਥ ਮਾਰ ਕੇ ਕਹਿੰਦੀ ਮੈਨੂੰ ਜਾਣਦਾ। ਧਿਆਨ ਦਿਓ ਦਰ, ਤੇ ਬ੍ਰਹਮ ਗਿਆਨੀ ਇਹਦੀ ਪਰਿਭਾਸ਼ਾ ਸੁਖਮਨੀ ਸਾਹਿਬ ਭੈਣਾਂ ਜ਼ਿਆਦਾ ਪੜ੍ਹਦੀਆਂ ਨੇ। ਭੈਣ ਜੀ ਥੋੜਾ ਧਿਆਨ ਦਿਓ, ਕਿਉਂਕਿ ਕੰਮ ਦੀਆਂ ਗੱਲਾਂ, ਫਿਰ ਇੱਦਾਂ ਪ੍ਰਚਾਰਕ ਨਿਕੰਮਾ ਬਣ ਜਾਂਦਾ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਉਹਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਹਵਾ 'ਚ ਤੀਰ ਚਲਾ ਰਿਹਾ। ਪੜ੍ਹਿਆ ਹੈ ਨਾ ਸੁਖਮਨੀ ਸਾਹਿਬ, ਵੈਸੇ ਬਹੁਤੀ ਜਗ੍ਹਾ ਰਿਵਾਜ ਇੱਦਾਂ ਦੇ ਚੱਲ ਪਏ, ਮੈਂ ਬਾਜ਼ਾਰ 'ਚ ਤੁਰਿਆ ਜਾਵਾਂ ਤੇ ਸੱਤ ਭੈਣਾਂ ਨਿਕਲੀਆਂ। ਨੀ ਭੈਣੇ ਇਹਨਾਂ ਦੇ ਸਮੋਸਿਆਂ 'ਚ ਮਿਰਚਾਂ ਵੜੀਆਂ ਸੀ ਤੇ ਮੇਰਾ ਹਾਸਾ ਨਿਕਲ ਗਿਆ। ਪਿੱਛੇ ਮੁੜ ਕੇ ਪੁੱਤ ਮੇਜਰ ਸਿੰਘ ਕਿੱਧਰ ਚੱਲਿਆ? ਮੈਂ ਕਿਹਾ ਲੱਗਦਾ ਹੈ ਮੇਰੇ ਤਾਈ ਜੀ ਹੋਣੀ ਕਿਸੇ ਦੇ ਘਰੇ ਸੁਖਮਨੀ ਸਾਹਿਬ ਪੜ੍ਹ ਕੇ ਆਏ। ਹਾਂ ਪੁੱਤ ਇਹਨਾਂ ਦੇ ਘਰੇ ਸੀ ਸੁਖਮਨੀ ਸਾਹਿਬ। ਫਿਰ ਮੈਂ ਕਿਹਾ ਵੀ ਸੁਖਮਨੀ ਸਾਹਿਬ ਦਾ ਸਮੋਸਿਆਂ ਦੀਆਂ ਮਿਰਚਾਂ ਨਾਲ ਕੀ ਸਵਾਦ ਹੋਇਆ? ਗੱਜ ਕੇ ਆਖੋ ਸਤਨਾਮ। ਕਹਿੰਦੀ ਪੁੱਤ ਕੀ ਕਹੀਏ? ਮੈਂ ਕਿਹਾ ਇਹ ਕਹਿ ਹਮੀ ਅੱਜ ਕਿੰਨੀਆਂ ਅਸ਼ਟਪਦੀਆਂ ਕਿਹਨੇ ਅੱਗੇ ਪੜ੍ਹੀਆਂ ਤੇ ਕਿਹਨੇ ਪਿੱਛੇ ਪੜ੍ਹੀਆਂ? ਮਾਫੀ ਚਾਹਾਂਗਾ। ਤੇ ਉਹਦੇ ਵਿੱਚ ਪਰਿਭਾਸ਼ਾ ਦਿੱਤੀ ਹੈ, ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬਾਬਾ ਜੀ ਕਹਿੰਦੇ ਮੈਂ ਤੈਨੂੰ ਜਾਣਦਾ ਵੀ ਹਾਂ ਤੇ ਤੈਨੂੰ ਪਹਿਚਾਣਦਾ ਵੀ ਹਾਂ। ਇਹ ਦੁਨੀਆਂ ਤੈਨੂੰ ਮੌਤ ਕਹਿੰਦੀ ਹੈ, ਮੌਤ। ਕਮਾਲ ਦੀ ਗੱਲ ਹੋ ਗਈ, ਛਾਲ ਮਾਰ ਕੇ ਥੱਲੇ ਆ ਗਏ। ਗੁਰੂ ਦੇ ਸਿੱਖਾਂ ਮੈਨੂੰ ਜਾਣਦਾ ਹੁੰਦਾ ਨਾ ਤੇ ਤਿੰਨ ਕਿੱਲੇ ਪਿੱਛੇ ਆਪਣੇ ਗੁਰੂ ਦੇ ਚਰਨਾਂ 'ਚ ਐਸੀ ਅਰਦਾਸ ਨਹੀਂ ਸੀ ਕਰਨੀ। ਮੈਂ ਕੁੰਭਕਰਨ ਜਰਾ ਸਿੰਧ ਰਾਵਣ ਵਰਗੇ ਧਰਤੀ ਦੇ ਉੱਤੇ ਐ ਬਰਬਾਦ ਕਰਕੇ ਸਿੜ ਦਿੱਤੇ। ਰਾਵਣ ਮਾਰ ਲਿਆ, ਹਰਨਾਕਸ਼ ਮਾਰ ਲਿਆ, ਜਰਾ ਸਿੰਧ ਮਾਰ ਲਿਆ, ਕੁੰਭਕਰਨ ਮਾਰ ਲਿਆ, ਜਰਦੋਧਨ ਮਾਰ ਲਿਆ, ਬੜੇ ਬੜੇ ਛਤਰਪਤੀ ਰੋਲ ਦਿੱਤੇ। ਹੋਇਆ 10,000 ਬੁੱਢਿਆਂ ਦੇ ਉੱਤੇ ਮਾਣ ਕਰਦਾ। ਅਬਦਾਲੀਆਂ ਦੀ ਇੱਕ ਤੋਪ ਦਾ ਇੱਕ ਗੋਲਾ ਚੱਲਿਆ, ਨਾ ਬੁੜਿਆਂ ਦੇ ਚੀਥੜੇ ਉੱਡ ਜਾਣੇ। ਇਉਂ ਮੈਂ ਮੌਤ ਹਾਂ, ਜਾ ਤੈਨੂੰ ਤੇ ਤੇਰੇ ਸਾਥੀਆਂ ਨੂੰ ਜ਼ਿੰਦਗੀ ਭੀਖ ਵਿੱਚ ਦਾਨ ਦਿੱਤੀ, ਇੱਥੋਂ ਹੀ ਪਿੱਛੇ ਮੁੜ ਜਾ। ਇਹ ਮੌਤ ਦਾ ਪਹਿਲਾ ਪੈਂਤੜਾ ਹੈ, ਆਪਾਂ ਉੱਚੇ ਉੱਠਣਾ ਹੈ। ਗੱਲ ਕਲੀ ਸੁਣਨ ਤੱਕ ਨਹੀਂ ਰੱਖਣੀ, ਇਹਨੂੰ ਅਮਲੀ ਜਾਮਾ ਪਹਿਨਾਓ। ਮਤਲਬ ਕੀ ਹੈ? ਬੱਚਾ ਡਰ ਜਾਵੇ। ਜਨਮ ਦੇਣ ਵਾਲੀ ਮਾਂ ਨੂੰ ਬੱਚੇ ਦਾ ਹੱਥ ਹੌਲਾ ਆਪ ਕਰਨਾ ਆਉਣਾ ਚਾਹੀਦਾ। ਅਸੀਂ ਭੱਜਦੇ ਹਾਂ, ਅਗਲਾ ਫਿਰ ਸਾਡੀ ਕਮਜ਼ੋਰੀ ਦਾ ਫਾਇਦਾ ਉਠਾਉਂਦਾ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਪੜਖਾਂ ਮਿਰਗੇ ਭੈਣੇ ਗੁਰੂ ਦਾ ਸ਼ਬਦ ਲੈ ਬੱਚੇ ਨੂੰ ਗੋਦੀ ਵਿੱਚ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹ ਨਾ ਲੱਗਈ ਪਾਰ, ਬ੍ਰਹਮ ਸਰਨਾਈ ਕਿਉਂ ਗਿਰਦ ਹਮਾਰੇ ਰਾਮਕਾਰ। ਦੁੱਖ ਲੱਗੇ ਨਾ, ਨਾਲੇ ਤੇ ਕਿਰਾਇਆ ਬਾਜੂ, ਨਾਲੇ ਕਿਸੇ ਡੇਰੇ ਤੇ ਨਾ ਜਾਣਾ ਪਊ। ਉਹ ਕਿੱਡੀ ਵੱਡੀ ਦਾਤ, 250 ਸਾਲ ਰੱਬ ਨੇ 10 ਜਾਮੇ ਧਾਰਨ ਕਰਕੇ ਸਿੱਖਾ ਤੈਨੂੰ ਦਿੱਤੀ ਏ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ। ਤੇ ਫੇਰ ਧੱਕੇ ਖਾਵੇਂ?
ਅਮਲੀ ਜਾਮਾ ਪਹਿਨਾਉਣਾ ਪਵੇਗਾ। ਜਦੋਂ ਮੌਤ ਨੇ ਗੁਰੂ ਦੇ ਸਿੰਘ ਨੂੰ ਇਹ ਗੱਲ ਕਹੀ, ਨਿਤਨੇਮੀ ਬ੍ਰਹਮ ਗਿਆਨੀ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨੂੰ ਕਿ ਮੁੜ ਜਾ ਇੱਥੋਂ ਪਿੱਛੇ, ਤੈਨੂੰ ਜ਼ਿੰਦਗੀ ਭੀਖ ਵਿੱਚ ਦਾਨ ਦਿੱਤੀ। ਹੁੰਦਾ ਕਿਸੇ ਡਰਪੋਕ ਮਾਂ ਦਾ ਪੁੱਤਰ, ਮਾਵਾਂ ਕਹਿ ਦਿੰਦੀਆਂ ਨੇ ਸੌਂ ਜਾ ਨਹੀਂ ਤੇ ਬਿੱਲੀ ਆਈ ਹੋ, ਤੇ ਬਚਪਨ ਦੀ ਉਮਰਾਂ ਵਿੱਚ ਬਿੱਲੀਆਂ ਤੋਂ ਡਰਨ ਵਾਲਾ ਵੱਡਾ ਹੋ ਕੇ ਖਾਲਸਾ ਜੀ ਸ਼ੇਰਾਂ ਦਾ ਮੁਕਾਬਲਾ ਸਵਾਹ ਕਰੇਗਾ। ਉਹ ਛੀਣੀ ਮਾਂ ਦਾ ਪੁੱਤਰ ਸੀ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਾਬਾ ਦੀਪ ਸਿੰਘ ਕਹਿੰਦਾ, ਮੌਤ ਜਿੰਨਾ ਨਾ ਬੰਦੇ ਦਾ ਮੁੱਲ ਪੈਂਦਾ ਜੇਕਰ ਜ਼ੁਲਮ ਨੂੰ ਦੇਖ ਕੇ ਡਰ ਜਾਵੇ, ਤੇ ਚੁੱਪ ਕਰਕੇ ਕਿਵੇਂ ਕੋ ਰਹਿ ਸਕਦਾ, ਅੱਖਾਂ ਸਮੇਂ ਜੇ ਲੁੱਟਿਆ ਘਰ ਜਾਵੇ, ਕੁਝ ਹੱਦ ਤੱਕ ਸ਼ਾਂਤ ਚਿੱਤ ਰਹਿ ਕੇ ਬੰਦਾ ਹੱਸ ਕੇ ਦੁੱਖੜੇ ਜਰ ਜਾਵੇ, ਤੇ ਜਦੋਂ ਹੱਦ ਤੋਂ ਵੀ ਕੁਝ ਵੱਧ ਹੋ ਜਾਏ ਐਸਾ ਕਰ ਜਾਵੇ ਕਿ ਦੁਸ਼ਮਣ ਮਰ ਜਾਵੇ। ਮੈਂ ਕਲਗੀ ਧਰ ਦਾ ਸਿੰਘ ਹਾਂ, ਸਿੰਘ ਦਾਨ ਦਿੰਦੇ ਹੁੰਦੇ ਨੇ, ਦਾਨ ਲੈਂਦੇ ਨੇ, ਤੂੰ ਮੈਨੂੰ ਜ਼ਿੰਦਗੀ ਦੇਣ ਆਈ ਹੈ। ਹੱਸ ਕੇ ਬਾਬਾ ਜੀ ਕਹਿੰਦੇ, ਤੂੰ ਕੱਲੀ ਆਈ ਹੈ, ਅੱਜ ਆਪਣੇ ਪਿਓ ਜਮਰਾਜ ਨੂੰ ਵੀ ਸਦਲਾ, ਪਿਓ ਤੇ ਧੀ ਜਮਰਾਜ ਤੇ ਮੌਤ ਰਲ ਕੇ ਵੀ ਗੁਰੂ ਕਲਗੀਧਰ ਦੇ ਸਿੰਘ ਨੂੰ ਰੋਕ ਨਹੀਂ ਸਕਦੇ, ਕਿਉਂਕਿ ਮੈਂ ਆਪਣੇ ਗੁਰੂ ਪਿਤਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰਿਆ ਹਾਂ। ਆਖੋ ਸਤਨਾਮ। ਬੜੀਆਂ ਤਾਕਤਾਂ ਨੇ ਅਰਦਾਸ ਵਿੱਚ। ਮੌਤ ਕਹਿੰਦੀ, ਦੀਪ ਸਿੰਘਾ ਤੈਨੂੰ ਇੰਨਾ ਭਰੋਸਾ ਕੀਤੀ ਹੋਈ ਅਰਦਾਸ ਦੇ ਉੱਤੇ? ਬਾਬਾ ਦੀਪ ਸਿੰਘ ਜੀ ਕਹਿੰਦੇ, ਭਰੋਸਾ ਨਹੀਂ, ਬਿਲਕੁਲ ਅਟਲ ਸੱਚਾਈ ਏ, ਤੂੰ ਮੈਨੂੰ ਰੋਕ ਨਹੀਂ ਸਕਦੀ, ਅਬਦਾਲੀਆਂ ਦੇ ਟੁਕੜੇ ਕਰਾਂਗਾ, ਗੁਰਧਾਮ ਨੂੰ ਆਜ਼ਾਦ ਕਰਾਵਾਂਗਾ। ਪੂੰਜ ਦਿੱਤੀ ਮੱਥੇ ਦੀ ਬਿੰਦੀ, ਉਹ ਸਗਨਾਂ ਦਾ ਸਾਧੂ ਲੀਰੋ ਲੀਰ ਕਰਕੇ ਬਾਹਾਂ ਵਿੱਚ ਪਾਇਆ ਹੋਇਆ ਚੂੜਾ ਭੰਨ ਕੇ ਮੌਤ ਨੇ ਫਿਰ ਭਿਆਨਕ ਡੈਣ ਦਾ ਰੂਪ ਧਾਰਨ ਕੀਤਾ। ਲੋ ਧਿਆਨ ਦੇਣਾ ਜਰਾ, ਸਵਾਲ ਤੇ ਜਵਾਬ ਹੋਣ ਲੱਗੇ ਨੇ। ਇਹ ਤਕੜੇ ਦਿਲ ਵਾਲਿਆਂ ਦੇ ਸੁਣਨ ਵਾਲੀ ਕਵਿਤਾ, ਇਹ ਤਕੜੇ ਦਿਲ ਵਾਲਿਆਂ ਦੇ, ਤੇ ਕਮਜ਼ੋਰ ਨੂੰ ਵੀ ਜੇ ਮੁੜਕਾ ਨਾ ਆਇਆ ਤੇ ਫਿਰ ਖਾਲਸਾ ਜੀ ਢਾਡੀ ਕਲਾ ਕੀ ਹੋਈ, ਗੁਰੂ ਦੀਆਂ ਬਖਸ਼ਿਸ਼ਾਂ ਕੀ ਹੋਈਆਂ, ਬ੍ਰਹਮ ਗਿਆਨੀਆਂ ਦੇ ਕੱਟੇ ਹੋਏ ਸਿਰ ਤਲੀਆਂ ਦੇ ਉੱਤੇ ਟਿਕੇ ਜੇ ਨਾ ਦੇਖੇ ਤੇ ਫਿਰ ਆਨੰਦ ਕੀ ਹੋਇਆ? ਆਓ ਜਰਾ ਕਰੀਏ ਦਰਸ਼ਨ। ਇੱਕ ਭਿਆਨਕ ਡੈਣ ਦਾ ਰੂਪ ਧਾਰ ਕੇ ਕਹਿੰਦੀ ਏ, ਤੈਨੂੰ ਇਹ ਭਲਵਾਨ ਸੀ ਪਸੰਦ ਨਹੀਂ ਆਈ, ਆ ਦੀਪ ਸਿੰਘਾ ਮੈਂ ਤੈਨੂੰ ਆਪਣੇ ਅਸਲੀ ਰੂਪ ਦੇ ਦਰਸ਼ਨ ਕਰਾਵਾਂ। ਰੋਕ ਕੇ ਬਾਬੇ ਦੀਪ ਸਿੰਘ ਦਾ ਅੱਗਾ ਮੌਤ ਨੇ ਇੱਕ ਗੱਲ ਕਹੀ, ਤੇ ਮਾਂ ਜਿਉਣੀ ਪਿਤਾ ਭਗਤੂ ਦਾ ਪੁੱਤਰ, ਮਾਤਾ ਜਿਉਣੀ ਸੀ ਨਾ ਇਹਦਾ ਅੰਮ੍ਰਿਤ ਛਕ ਕੇ ਜਿਉਣ ਕੌਰ ਬਣੀ ਸੰਧੂ ਜੱਟ, ਸੁਣਿਓ ਪਿੰਡ ਪੋਹ ਪਿੰਡ ਮਾਝੇ ਦਾ ਹੀਰਾ, ਬਈ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਲਗੀ ਧਰਦਾ ਤਿਆਰ ਪਿਆਰ ਤਿਆਰ ਸੰਤ ਸਿਪਾਹੀ ਬਾਬਾ ਦੀਪ ਸਿੰਘ ਮੌਤ ਦੇ ਕੀਤੇ ਹੋਏ ਸਵਾਲਾਂ ਦੇ ਜਵਾਬ ਹੇ ਐਂ ਦੇ ਰਿਹਾ।
ਲੋਕ ਮੈਨੂੰ ਹੁਣੀ ਆਖਦੇ, ਲੋਕ ਮੈਨੂੰ ਹੁਣੀ ਆਖਦੇ, ਅਸੀਂ ਮੌਤ ਵਿੱਚੋਂ ਜ਼ਿੰਦਗੀ ਹੀ ਟੁੱਲ ਗਏ, ਅਸੀਂ ਮੌਤ ਵਿੱਚੋਂ ਜ਼ਿੰਦਗੀ ਹੀ ਟੁੱਲ ਗਏ, ਪੂਰਾ ਕਰੀਏ ਜੋ ਮੁੱਖ ਵਿੱਚੋਂ ਬੋਲੀਏ, ਸਿੰਘ ਸੂਰਮੇ ਦੀ ਗੱਲ ਸੁਣ ਬੋਲੀਏ, ਸੂਰਮੇ ਦੀ ਗੱਲ ਸੁਣ ਬੋਲੀਏ, ਨੀ ਕੁਝ ਕੋਲ ਘੱਟ ਹੋਣੀਏ, ਮੈਂ ਵੀ ਖਾਲਸਾ ਖਾਲਸਾ ਗੁਰੂ ਦਸ਼ਮੇਸ਼ ਦਾ ਨੀ ਚੱਲ ਪਿੱਛੇ ਹੱਟ ਹੋਣੀਏ, ਚੱਲ ਪਿੱਛੇ ਹੱਟ ਹੋਣੀਏ, ਕਿਸੇ ਨਾ ਵੰਗਾਰਿਆ, ਮੇਰੀ ਕਰਨੀ ਦੇ ਅੱਗੇ ਗਿਆ ਹਾਰਿਆ, ਤੂੰ ਹੀ ਮਨ ਮੇਰੀ ਗੱਲ ਸੁਣਾ ਪਿਆਰਿਆ, ਅੱਗੇ ਚੁੱਕ ਮੇਰੀ ਦਾਖ ਦੇ, ਹੀਨ ਮਨ ਮੇਰੀ, ਹੀਨ ਮਨ ਮੇਰੀ ਦੀਪ ਸਿੰਘਾ ਹੱਸ ਕੇ, ਲੋਕ ਮੈਨੂੰ ਹੋਣੀ ਆਖਦੇ, ਲੋਕ ਮੈਨੂੰ ਹੋਣੀ ਆਖਦੇ, ਖਾਲਸਾ ਦਾ ਕਿਸੇ ਅੱਗੇ ਝੁਕਿਆ ਨੀ, ਕਿਸੇ ਕੋਲੋਂ ਰੋਕਿਆ ਨਾ ਰੁਕਿਆ, ਕਿਸੇ ਜ਼ਾਲਮ ਤੋਂ ਮਾਰਿਆ ਨਾ ਮੁੱਕਿਆ, ਜ਼ਾਲਮ ਤੋਂ ਮਾਰਿਆ ਨਾ ਮੁੱਕਿਆ, ਨੀ ਪਾਵੇਂ ਹੋਵੇ ਘੱਟ ਹੋਣੀਏ, ਮੈਂ ਵੀ ਖਾਲਸਾ ਖਾਲਸਾ ਹਾਂ ਗੁਰੂ ਦਾ ਜਮੇਸ਼ ਦਾ ਨੀ, ਚੱਲ ਪਿੱਛੇ ਹੱਟ ਹੋਣੀਏ, ਚੱਲ ਪਿੱਛੇ ਹੱਟ ਹੋਣੀਏ, ਲੋਕ ਮੈਨੂੰ ਹੋਣੀ ਆਖਦੇ, ਲੋਕ ਮੈਨੂੰ ਹੋਣੀ ਆਖਦੇ, ਖਾਲਸੇ ਦੀ ਛਾਡਿਆ ਵੀ ਅੜੀ ਤੂੰ, ਮਨ ਖਾਲਸੇ ਦੀ ਛਾਡਿਆ ਵੀ ਅੜੀ ਤੂੰ, ਤਾਂ ਤੂੰ ਸੂਰਮੇ ਦਾ ਰਾਹ ਰੋਕ ਖੜੀ ਤੂੰ, ਜੋ ਸਾਕਰ ਨੇ ਪੜਿਆ ਨਾ ਪੜੀ ਤੂੰ, ਪੜਾਈ ਅਜੇ ਰੱਤ ਹੋਣੀਏ, ਮੈਂ ਵੀ ਖਾਲਸਾ ਖਾਲਸਾ ਹਾਂ ਗੁਰੂ ਦਾ ਜਮੇਜ ਦਾ ਨੀ, ਚੱਲ ਪਿੱਛੇ ਹੱਟ ਹੋਣੀਏ, ਗੱਲ ਪਿੱਛੇ ਹੱਟ ਹੋਣੀਏ, ਗੱਲ ਪਿੱਛੇ ਹੱਟ ਹੋਣੀਏ, ਗੱਲ ਸਾਧ ਸੰਗਤ ਜੀ ਬਹੁਤ ਟਿਕਾਣੇ ਤੇ ਪਹੁੰਚ ਗਈ। ਇਹਨਾਂ ਕੋ ਧੰਨਵਾਦ ਆਪ ਰੱਬ ਵਰਗੀਆਂ ਸੰਗਤਾਂ ਦਾ, ਤੁਸੀਂ ਬੈਠੇ ਹੋ ਔਰ ਜਿੰਨੇ ਵੀ ਬੈਠੇ ਹੋ ਸਰੋਤੇ ਬੈਠੇ ਹੋ, ਪ੍ਰਣਾਮ ਕਰਦਾ ਹਾਂ ਤੁਹਾਡੇ ਚੌਂਕੜੇ ਨੂੰ, ਗੱਜ ਕੇ ਆਖੋ ਸਤਨਾਮ, ਸ਼ੁਕਰਾਨਾ ਕਰੀਏ ਸਤਿਗੁਰੂ ਪਾਤਸ਼ਾਹ ਜੀ ਦਾ, ਜਿਹੜੇ ਸੰਗਤਾਂ ਨੂੰ ਇੰਨਾ ਉੱਦਮ ਦਿੰਦੇ ਨੇ, ਪ੍ਰੇਰਨਾ ਦਿੰਦੇ ਨੇ। ਧੰਨਵਾਦ ਹੈ ਵੱਡੇ ਭਾਅ ਜੀ ਹੁਣਾਂ ਦਾ, ਬਹੁਤ ਹਾਲ ਵਿੱਚ ਇਹਨਾਂ ਦੀ ਸਾਊਂਡ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਮੇਰੇ ਵੱਲੋਂ ਤੁਹਾਨੂੰ ਵੱਡੀ ਵਧਾਈ। ਆਓ ਜੀ ਆਪਾਂ ਅੱਗੇ ਚੱਲੀਏ ਕੁਝ ਕੰਮ ਦੀਆਂ ਗੱਲਾਂ। ਹੁਣ ਮੌਤ ਬਾਹਾਂ ਖਿਲਾਰ ਕੇ ਖਲੋਤੀ ਏ, ਕਹਿੰਦੀ ਏ ਕਿ ਤੂੰ ਇੱਕ ਕਦਮ ਵੀ ਇੱਥੋਂ ਅੱਗੇ ਨਹੀਂ ਜਾ ਸਕਦਾ।
ਸੁਣ ਕੇ ਗੱਲ ਸਿੰਘ ਦੀ ਬੋਲੀ ਮੌਤ ਵੰਗਾਰ ਕੀ। ਉੱਠਿਆ ਇਹ ਨਵਾਂ ਸੂਰਮਾ ਤੇਗ ਸ਼ੰਗਾਰ ਕੇ, ਰੋਲਾਂਗੀ ਪ੍ਰਣ ਮੈਂ ਤੇਰਾ ਰਾਹ ਦੇ ਵਿੱਚ ਮਾਰ ਕੇ। ਅੱਜ ਤੱਕ ਕੋਈ ਗਿਆ ਨਾ ਸਿੰਘਾ ਮੈਨੂੰ ਵੰਗਾਰ ਕੇ, ਨਾ ਬੰਨ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ। ਧਿਆਨ ਦਿਓ ਜ਼ਰਾ, ਬੜੇ ਮੈਂ ਕਹਿੰਦੀ ਦੇਖੇ ਤੇਰੇ ਵਰਗੇ। ਮੌਤ ਮੌਤ ਨੂੰ ਜਿੱਤਣਾ ਸੌਖਾ ਹੈ, ਬੜਬੜੀਆਂ ਉਦਾਹਰਨਾਂ ਦਿੰਦੀ ਏ, ਕਹਿੰਦੀ ਮੁਰਦਿਆਂ ਦੀਆਂ ਕਬਰਾਂ ਚੋਂ ਪੈਸੇ ਜਦ ਕਾਰੂ ਨੇ ਕੱਢੇ। ਗੱਲ ਵੱਲ ਧਿਆਨ ਦਿਓ ਜ਼ਰਾ, ਪਿੱਛੇ ਬੈਠੀਆਂ ਭੈਣਾਂ ਨੂੰ ਵੀ ਬੇਨਤੀ ਆ, ਕਾਰੂ ਦਾ ਇਤਿਹਾਸ ਪੜ੍ਹੋ। ਹਾਲੇ ਤੇ ਉਹ ਵੇਲੇ ਨਹੀਂ ਆਏ ਉਦੋਂ ਇੱਕ ਕਾਰੂ ਸੀ, ਅੱਜ ਘਰ ਘਰ ਕਾਰੂ ਬੈਠਾ ਏ, ਤੁਹਾਡੇ ਘਰ ਘਰ। ਤੁਹਾਨੂੰ ਪਤਾ ਹੈ ਤੁਹਾਡੇ ਘਰ ਵਿੱਚ ਨਵੇਂ ਬੱਚੇ ਨੇ ਜਨਮ ਲੈਣਾ ਹੈ ਪੰਜਾਬ ਦੇ ਅੰਦਰ, ਤੇ ਉਹਦੇ ਸਿਰ ਕਰਜ਼ਾ ਕਿੰਨਾ ਹੈ। ਧਿਆਨ ਦਿਓ ਪੰਜਾਬੀਓ, ਕਿੱਥੇ ਖਲੋਤੇ ਆ ਭੈਣੋ ਵੀਰੋ ਗੁਰਮੁਖੋ, ਸੁੱਤੇ ਹੋਏ ਆ। ਜੇ ਨਾ ਜਾਗੇ ਤਾਂ ਸਭ ਕੁਝ ਖਤਮ, ਪਰ ਗੁਰੂ ਜੀ ਨੇ ਨੀ ਉਹ ਖਤਮ ਹੋਣ ਦੇਣਾ। ਗੱਜ ਕੇ ਆਖੋ ਸਤਨਾਮ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਘਰ ਵਿੱਚ ਨਵਾਂ ਬੱਚਾ ਆਪਾਂ ਪੈਦਾ ਕਰ ਰਹੇ ਹਾਂ, ਅਕਾਲ ਪੁਰਖ ਦੀ ਰਹਿਮਤ ਹੋਣੀ ਹੈ, ਖੁਸ਼ੀਆਂ ਆਉਣੀਆਂ ਨੇ। ਪਰ ਉਹਨੂੰ ਜਨਮ ਲੈਣ ਵਾਲੇ ਨੂੰ ਕੀ ਪਤਾ ਕਿ ਮੈਂ ਤੇ ਉਹ ਤੇ ਸੋਚਦੀ ਉਹਦੀ ਆਤਮਾ ਕਿ ਯੋਧਿਆਂ ਦੀ ਧਰਤੀ ਵਿੱਚ ਜਨਮ ਲੈਣ ਲੱਗਾ, ਜਿਹੜੇ ਸਿਰ ਤਲੀਆਂ ਉੱਤੇ ਧਰ ਕੇ ਮੌਤ ਨਾਲ ਭਿੜ ਗਏ, ਜਿਨ੍ਹਾਂ ਦੇ ਗੁਰੂ ਨੇ 40-10 ਲੱਖ ਨਾਲ ਟਕਰਾ ਦਿੱਤੇ, ਮੈਂ ਉਸ ਧਰਤੀ 'ਚ ਜਨਮ ਲੈਣ ਲੱਗਾ। ਤੇ ਜਿੱਦਣ ਵਿਚਾਰਾ ਆਣ ਕੇ ਪਹਿਲੀ ਕਿਲਕਾਰੀ ਮਾਰਦਾ ਹੈ ਨਾ, ਉਹਨੂੰ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਉਹਦੇ ਸਿਰ ਕਰਮਾਂ ਵਾਲੇ, ਉਹ ਨਵੇਂ ਜੰਮੇ ਬੱਚੇ ਦੇ ਸਿਰ 1,20,000 ਰੁਪਇਆ ਕਰਜ਼ਾ ਹੈ। ਕਿੱਦਾਂ ਜਾਨ ਛੁੱਟ ਜੂਗੀ, ਬਰਬਾਦੀਆਂ ਪਾ ਦਿੱਤੀਆਂ, ਹਲੇ ਕਿਹੜਾ ਹਟ ਗਿਆ। ਉਹ ਦੋ ਵੇਖੋ ਮੇਰੀਆਂ ਭੈਣਾਂ ਘਰੋਂ ਵੀ ਆਈਆਂ ਤੇ ਗੱਲਾਂ, ਹਲੇ ਵੀ ਭਤੀਏ ਨਾ ਕਰ ਗੱਲਾਂ, ਥੋੜਾ ਥੋੜਾ ਦੂਰ ਹੋ ਜਾਓ ਉਹ ਬਾਰੀ ਦੇ ਲਾਗੇ, ਇਹਨਾਂ ਨੂੰ ਕਹੋ ਸੁਣ ਲਓ ਕੁਝ ਬੈਠੀਆਂ ਤੇ ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਸਤ ਸੰਗਤ ਜੀ, ਜਿੰਨਾ ਢਾਡੀਆਂ ਨੇ ਪ੍ਰਚਾਰ ਕੀਤਾ, ਕਲੀਸ਼ਰਾਂ ਨੇ ਪ੍ਰਚਾਰ ਕੀਤਾ, ਬਹੁਤੇ ਢੋਲਕੀ ਕੁੱਟ ਤੁਹਾਨੂੰ ਲੁੱਟ ਕੇ ਚਲੇ ਗਿਆ, ਗੱਜ ਕੇ ਆਖੋ ਸਤਨਾਮ। ਇਹ ਇਹ ਦੋ ਨੂੰ ਸਾਂਭ ਲਓ, ਤੇ ਜਿਹੜੀਆਂ ਇਹ ਗੱਲਾਂ ਕਹਿ ਕੇ, ਇੱਕ ਤੇ ਆ ਗੱਲਾਂ ਸੌਖੀਆਂ ਨੇ, ਇਹ ਸਿਰ ਤਲੀ ਦੇ ਉੱਤੇ ਧਰਨ ਵਾਲੀਆਂ ਨੇ। ਕੌਮ ਦੇ ਪਹਿਲੇ ਢਾਡੀ ਹੋਏ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾ ਜੀ, ਜਦੋਂ ਸੁਰ ਸਿੰਘ ਪਿੰਡ ਤੋਂ ਆਏ ਨਾ ਜੀ ਅੰਮ੍ਰਿਤਸਰ ਨੂੰ ਸੈਕਟਰੀ ਸਾਹਿਬ, ਤੇ ਜਹਾਂਗੀਰ ਵਕਤ ਦੇ ਬਾਦਸ਼ਾਹ ਦਿੱਲੀ ਦੀ CID ਦੇ ਬੰਦੇ ਖੜੇ ਸੀ, ਉਹ ਮਹਾਰਾਜ ਨੇ ਹਾਥੀ ਘੱਲੇ, ਤੇ ਉਹ ਜਦੋਂ ਹਾਥੀਆਂ ਤੋਂ ਉਤਰੇ ਨਾ, ਇੱਕ ਕੋਲ ਘਸਿਆ ਜਿਹਾ ਟਿੰਡ ਆਣ ਕੇ ਕਹਿੰਦਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਢਾਡੀਓ ਚੱਲੇ, ਜੇ ਗੁਰੂ ਦੇ ਦਰਬਾਰ 'ਚ ਵਾਰਾਂ ਗਾਉਣ ਤੇ ਜੇ ਬਾਦਸ਼ਾਹ ਦੀ ਕੋਈ ਗੱਲ ਕੀਤੀ ਨਾ ਤੇ ਪੰਜਵੇਂ ਗੁਰਾਂ ਵਾਲਾ ਹਸ਼ਰ ਹੋਵੇਗਾ। ਇਹ ਧਮਕੀ ਦਿੱਤੀ ਢਾਡੀਆਂ ਨੂੰ, ਤੇ ਉਹ ਸੀ ਮਰਜੀਵੜੇ ਢਾਡੀ ਧੰਨ ਬਾਬਾ ਨੱਥਾ ਜੀ ਬਾਬਾ ਅਬਦੁੱਲਾ ਜੀ, ਜਿਨ੍ਹਾਂ ਦੇ ਅਸੀਂ ਪੈਰੋਕਾਰ ਹਾਂ। ਉਹਨਾਂ ਫਿਰ ਮਾਰ ਕੇ ਸਰੰਗੀ ਦੇ ਉੱਤੇ ਗੱਜ ਢੱਡ ਖੜਕਾਈ ਨਾ, ਬ੍ਰਹਿਮੰਡ ਗੂੰਜ ਉੱਠਿਆ ਤੇ ਫਿਰ ਵਾਰ ਪੜੀ। ਕਹਿੰਦੇ ਦੋ ਤਲਵਾਰੀ ਵਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਕੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਛਪਾਈ ਨੀਲ ਲਾਲ ਮਰ ਦੋਸਤਾਂ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸਿੱਧਾ ਹੀ ਕਹਿ ਦਿੱਤਾ, ਕਹਿੰਦੇ ਉਹ ਵੱਡਿਆ ਬਾਦਸ਼ਾਹ ਤੂੰ ਕੀ ਬਣਿਆ ਫਿਰਦਾ, ਇਹ ਸਿਰ ਤਲੀ ਦੇ ਉੱਤੇ ਧਰਨ ਵਾਲੀਆਂ ਗੱਲਾਂ ਨੇ, ਮੌਤ ਨੂੰ ਮਖੌਲਾਂ ਕਰਨ ਵਾਲੀਆਂ ਗੱਲਾਂ ਨੇ।
ਘਰ ਵਿੱਚ ਬੱਚਾ ਤਾਂ ਲੈ ਕੇ ਆਓ ਪਹਿਲਾਂ ਪੰਜਾਬ ਦੇ ਸਿਰੋਂ ਕਰਜ਼ਾ ਲਾਓ, ਤੇ ਕਰਜ਼ਾ ਤਾਂ ਲੱਥਣਾ ਹੈ ਜੇ ਪਿੰਡਾਂ 'ਚੋਂ ਪਾਰਟੀਆਂ ਖਤਮ ਕਰਾਂਗੇ। ਕਦੇ ਇਹਨਾਂ ਨੂੰ ਲੜਦਿਆਂ ਵੇਖਿਆ? ਤੁਹਾਡੇ ਕੋਲ ਆਣ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ, ਰਾਤ ਨੂੰ ਰੋਟੀ ਇਕੱਠੇ ਹੀ ਖਾਂਦੇ ਆ, ਗੱਜ ਕੇ ਆਖੋ ਸਰ ਉਹ ਲੁੱਟ ਲਿਆ ਲੁਟੇਰੀਆਂ ਨੇ। ਗੱਲ ਚੱਲੀ ਏ, ਕਾਰੂ ਨੇ ਲੋਕਾਂ ਕੋਲੋਂ ਪੈਸੇ ਖੋ ਲਏ ਤੇ ਕਹਿੰਦਾ ਵੀ ਪੈਸੇ ਮੁੱਕ ਗਏ। ਫੌਜਦਾਰ ਤੇ ਵਜ਼ੀਰ ਕਹਿੰਦਾ ਜੀ ਮੁੱਕ ਗਏ। ਉਹ ਸ਼ੈਤਾਨ ਬੜਾ ਸੀ ਭੈਣੋ, ਢੋਲੀ ਮੰਗਾਏ ਹੋਏ ਸੀ 100 ਢੋਲੀਆਂ ਨੂੰ, ਕਹਿੰਦਾ ਮੇਰੇ ਰਾਜ ਦੇ ਪਿੰਡਾਂ ਵਿੱਚ ਢੋਲ ਵਜਾ ਕੇ ਕਹਿ ਦਿਓ ਜਿਹੜਾ ਬੰਦਾ ਪਰਸੋਂ ਤੱਕ 1 ਰੁਪਈਆ ਲੈ ਕੇ ਮੇਰੇ ਦਰਬਾਰ 'ਚ ਆ ਜਾਵੇ, ਧੀ ਦਾ ਡੋਲਾ ਤੇ ਅੱਧਾ ਰਾਜ। ਇਹ ਲਾਲਚ ਦਿੱਤਾ। ਇੱਕ ਵਿਧਵਾ ਔਰਤ, ਜਵਾਨ ਪੁੱਤ, ਵਿਹਲੜ ਸੀ, ਨਸ਼ੇੜੀ, ਢੋਲ ਵਾਲੇ ਤੋਂ ਗੱਲ ਸੁਣੀ ਤੇ ਲੈ ਕਹਿੰਦਾ ਗੱਲ ਬਣ ਗਈ, ਮਾਂ ਦੇ ਕੋਲੋਂ ਰੁਪਈਆ ਮੰਗਦਾ, ਮਾਂ ਰੁਪਈਆ ਦੇ। ਸਿਆਣੀ ਸੀ, ਸਮਝ ਗਈ ਗੱਲ ਨਾ ਲਾ ਕੇ, ਕਹਿੰਦੀ ਪੁੱਤ ਨੇ ਕੀ ਕਰਨਾ? ਕਹਿੰਦਾ ਅੱਧਾ ਰਾਜ ਦਿੰਦਾ ਈ ਕਾਰੂ ਤੇ ਧੀ ਦਾ ਡੋਲਾ। ਵੇ ਪੁੱਤ ਉਹ ਤੇ ਕਪਟੀ ਹੈ, ਕਪਟੀ, ਬਚ ਜਾ, ਰੱਸਾ ਸ਼ਤੀਰੀ ਨਾ ਬੰਨ ਦਿੱਤਾ। ਕਹਿੰਦਾ ਬੁੱਢੀਏ ਦਿਨ ਚੜ੍ਹਦੇ ਨੂੰ ਜਾਂ ਤੇ ਰੁਪਈਆ ਦੇ ਦੇ, ਨਹੀਂ ਤੇ ਫਾਹਾ ਲੈ ਕੇ ਮੈਂ ਵੀ ਪਿਓ ਕੋ ਚਲਾ ਜਾਊਂ, ਫਿਰ ਮੈਨੂੰ ਵੀ ਰੋਵੀਂ। ਚੜ੍ਹਿਆ ਦਿਨ ਮਾਂ ਸਮਝਾਉਂਦੀ ਪਰ ਭੈਣੋ ਸਮਝਿਆ ਨਾ। ਮਮਤਾ ਮਾਰੀ ਨੇ ਕਾਲਜੇ ਤੇ ਹੱਥ ਰੱਖ ਕੇ ਆਖਿਆ ਵੇ ਪਾਪੀ ਪੁੱਤਾ, ਜੇ ਤੂੰ ਨਹੀਂ ਮੰਨਣਾ ਨਾ ਜਾ ਜਾ ਕੇ ਮਰੇ ਹੋਏ ਪਿਓ ਦੀ ਕਬਰ ਪੱਟ ਲਾ ਤੇ ਪਿਓ ਦਾ ਮੂੰਹ ਖੋਲ। ਅੱਜ ਵੀ ਉਹਨਾਂ ਲੋਕਾਂ ਦਾ ਮੱਤ ਏ ਕਿ ਮੁਰਦੇ ਨੂੰ ਕਬਰ ਵਿੱਚ ਦਫਨਾਉਣਾ ਏ ਤੇ 1 ਰੁਪਈਆ ਮੂੰਹ 'ਚ ਦੇ ਦਿਓ, ਦਰਗਾਹ ਦਾ ਕਹਿੰਦੇ ਕਿਰਾਇਆ ਏ। ਮਾਂ ਨੇ ਕਿਹਾ ਪਿਓ ਦੀ ਕਬਰ ਪਿਓ ਦੇ ਮੂੰਹ ਵਿੱਚੋਂ, ਲਾਸ਼ ਵਿੱਚੋਂ ਪੈਸੇ ਕੱਢ ਲਾ। ਗਿਆ ਕਾਲੀ ਵਿੱਚ ਕਬਰ ਪੱਟੀ, ਬੇਈਮਾਨ ਲਾਲਚੀ ਪੁੱਤ, ਮੂੰਹ ਖੋਲਿਆ ਪਿਓ ਦੀ ਲਾਸ਼ ਦਾ ਰੁਪਈਆ ਕੱਢਿਆ, ਮਿੱਟੀ ਨਹੀਂ ਪਾਈ, ਕਾਂ ਕੁੱਤਿਆਂ ਨੇ ਲਾਸ਼ ਖਾਧੀ, ਚਲਿਆ ਗਿਆ। ਬਾਦਸ਼ਾਹ ਤੇ ਜ਼ਾਲਮ ਸੀ, ਰੁਪਈਆ ਵੇਖਿਆ ਇਹਨਾਂ ਨੂੰ ਟੰਗ ਲਾ ਪੁੱਠਾ, ਧੀ ਦਾ ਡੋਲਾ ਕਿਹਨੇ, ਅੱਧਾ ਰਾਜ ਕਿਹਨੇ ਦੇਣਾ? ਇਹ ਰਾਜਨੀਤੀ ਹੈ, ਕੱਖ ਨਹੀਂ। ਜੇ ਤੁਹਾਨੂੰ ਤੁਹਾਡੀਆਂ ਤੇ ਗਲੀਆਂ ਨਾਲੀਆਂ ਨੀ 17 ਸਾਲਾਂ 'ਚ ਇਹਨਾਂ ਦੇ ਕੋਲੋਂ ਬਣੀਆਂ ਤੇ ਤੁਹਾਨੂੰ ਸੁੱਖ ਕਿੱਥੋਂ ਮਿਲਣਾ ਹੈ? ਆਖੋ ਸਤਨਾਮ। ਜਦੋਂ 4 ਵੱਜੀਆਂ ਨਾ ਭੈਣੋ, ਕਹਿੰਦਾ ਕੁੱਟ ਦੇ ਕਾਹਤੋਂ, ਕਹਿੰਦੇ ਰੁਪਈਆ ਕਿੱਥੋਂ ਲੈ ਕੇ ਆਇਆ? ਕਹਿੰਦਾ ਮੁਰਦੇ ਦੀ ਕਬਰ 'ਚੋਂ। 17 ਵਜ਼ੀਰ ਕਾਰੂ ਨੇ ਆਪਣੇ ਹੱਥੀ ਵੱਢੇ ਸੀ, ਪੜਿਆ। ਕਹਿੰਦਾ ਓਏ ਆਹ ਗੱਲ ਕਿਉਂ ਨੀ ਦੱਸੀ? ਫੌਜਦਾਰਾਂ ਲੈ ਲਾ ਫੌਜਾਂ, ਮੁਰਦਿਆਂ ਦੀਆਂ ਕਬਰਾਂ ਪੱਟ ਪੱਟ ਕੇ ਮੁਰਦਿਆਂ ਦੇ ਮੂੰਹ ਵਿੱਚੋਂ ਰੁਪਈਏ ਕੱਢ ਕੇ 40 ਗੰਜ ਕਾਰੂ ਨੇ ਭਰੇ। ਗੱਲ ਤੇ ਮੌਤ ਕਰ ਰਹੀ ਹੈ ਚੰਗੀ, ਪਰ ਕਿੱਥੇ ਕਰ ਰਹੀ ਹੈ? ਧੰਨ ਬਾਬਾ ਦੀਪ ਸਿੰਘ ਦੇ ਸਾਹਮਣੇ। ਕਹਿੰਦੀ ਉਹ ਕਾਰੂ, ਮੁਰਦਿਆਂ ਦੀਆਂ ਕਬਰਾਂ ਚੋਂ ਪੈਸੇ ਜਦ ਕਾਰੂ ਨੇ ਕੱਢੇ, ਜਦੋਂ ਝਪਟ ਮੇਰੀ ਵੱਜੀ ਤੇ 40 ਭਰੇ ਖਜ਼ਾਨੇ ਛੱਡੇ, ਸੂਈ ਨਾ ਖੜ ਸਕਿਆ, ਤੁਰ ਗਿਆ ਖਾਲੀ ਹੱਥ ਵਿਚਾਰਾ, ਸਭ ਝੂਠੇ ਦਾਅਵੇ ਵੇ ਦੀਪ ਸਿਆ, ਤੂੰ ਤੇ ਮਾਨ ਸਕਿਆ ਵਿਚਾਰਾ। ਮੈਂ ਕਾਰੂ ਨੀ ਛੱਡਿਆ, ਰਾਵਣ ਨੀ ਛੱਡਿਆ, ਹਰਨਾਕਸ਼ ਨੀ ਛੱਡਿਆ, ਤੇ ਆ ਬੁੱਢਿਆਂ ਨੂੰ ਲੈ ਕੇ ਅਬਦਾਲੀਆਂ ਦਾ ਮੁਕਾਬਲਾ ਕਰਨ ਚੱਲਿਆ, ਤੋਪਾਂ ਦਾ ਮੁਕਾਬਲਾ, ਊਠਾਂ ਹਾਥੀ ਘੋੜਿਆਂ ਦੇ ਉੱਤੇ ਚੜ੍ਹੇ ਅਬਦਾਲੀਆਂ ਦਾ ਮੁਕਾਬਲਾ। ਤੇ ਇੱਕ ਗੱਲ ਪੱਲੇ ਬੰਨੋ, ਮੌਤ ਨੇ ਇੰਨੀਆਂ ਕੁ ਦਲੀਲਾਂ ਦਿੱਤੀਆਂ ਪਰ ਕਲਗੀਧਰ ਦਾ ਸਿੰਘ ਕਹਿੰਦਾ ਮੌਤ ਅਸਾਂ ਨੂੰ ਦੱਸਿਆ ਕਲਗੀਆਂ ਵਾਲੜੇ ਨੇ ਕਿ ਤੇਰੇ ਵਿੱਚੋਂ ਹੀ ਜ਼ਿੰਦਗੀ ਪਾਈ ਦੀ ਹੈ। ਜਦੋਂ ਲਾੜੀ ਆਜ਼ਾਦੀ ਦਾ ਚਾਅ ਹੋਵੇ ਉਦੋਂ ਹੱਸ ਕੇ ਮੌਤ ਵਿਆਹੀ ਦੀ ਏ। ਜਿਹੜੇ ਸਿੱਖੀ ਸਕੂਲ ਵਿੱਚ
ਹੋਏ ਦਾਖਲ, ਉਹਨਾਂ ਨੂੰ ਇਹੋ ਹੀ ਸਬਕ ਪੜ੍ਹਾਈਦਾ ਏ ਕਿ ਮੌਤ ਮਰਦਾਂ ਨੂੰ ਕਦੇ ਵੀ ਮਾਰਦੀ ਨੀ, ਚੋਲਾ ਇੱਕ ਲਾ ਕੇ ਦੂਜਾ ਪਾਈਦਾ ਏ। ਤੂੰ ਆਪਣਾ ਜ਼ੋਰ ਲਾ ਤੇ ਮੈਂ ਆਪਣਾ ਲਾਵਾਂ। ਲਓ ਭੈਣੋ ਗੱਲ ਹੋ ਗਈ ਫਿਰ ਕਾਂਟੇ ਦੀ ਟੱਕਰ, ਇੱਕ ਬੰਨੇ ਮੌਤ ਖੜੀ ਏ, ਇੱਕ ਬੰਨੇ ਕਲਗੀ ਧਰਦਾ ਸਿੰਘ ਖੜਿਆ, ਉਹਨੇ ਖੰਡਾ ਕੀਤਾ ਦੋ ਧਾਰਾ ਬੇਮਿਆਨ, ਪੜਿਆ ਮੁੱਖ ਵਿੱਚੋਂ ਦੋ ਕਾਲੰਕ ਪ੍ਰਣਾਸੀ ਦੇ ਆਲੰਕ ਸਰੂਪੇ ਸਦਾ ਅੰਗ ਸੰਗੇ ਅਵੰਗੰ। ਉੱਤੇ ਜਦੋਂ ਪੜ੍ਹ ਕੇ ਗੁਰੂ ਦੀ ਪਵਿੱਤਰ ਬਾਣੀ ਤੇ ਬਾਬਾ ਦੀਪ ਸਿੰਘ ਮੌਤ ਉੱਤੇ ਖੰਡੇ ਦਾ ਵਾਰ ਕਰਨ ਲੱਗਾ ਤੇ ਮੌਤ ਡਰ ਗਈ, ਮੌਤ ਹਰ ਗਈ, ਮੌਤ ਹਵਾ ਬਣ ਕੇ ਆਈ, ਵਾਵ ਰੋਲਾ ਬਣ ਕੇ ਉੱਡ ਗਈ। ਇਹ ਤੇ ਮੇਰੇ ਗਲ ਪੈ ਗਿਆ। ਸਿੱਧੀ ਪੰਕੀ ਤਰਨ ਤਾਰਨ ਤੋਂ ਅੰਮ੍ਰਿਤਸਰ, ਜਹਾਨ ਖਾਂ ਨੂੰ ਕਹਿੰਦੇ ਇੱਥੇ ਹੋਕਾ ਪੀਰਿਆ ਕੰਜਰੀਆਂ ਦੇ ਨਾਚ ਵੇਖਣ ਆ, ਸਿੱਖਾਂ ਦਾ ਮੰਦਰ ਢਾ ਕੇ 10,000 ਬੁੱਢੇ ਚੜ ਕੇ ਆ ਰਹੇ ਤੇਰੇ ਤੋਂ ਬਦਲਾ ਲੈਣ ਵਾਸਤੇ। 1,35,000 ਅਬਦਾਲੀਆਂ ਦੀ ਫੌਜ ਅੰਮ੍ਰਿਤਸਰ ਤੋਂ ਨਿਕਲੀ, ਗੋਲਬਲ ਦੇ ਮੈਦਾਨ ਵਿੱਚ ਆਣ ਕੇ 3 ਮੀਲ ਚੌੜਾ ਪਠਾਣਾ ਦਾ ਦਲ, ਤੋਪਾਂ ਬੀੜ ਦਿੱਤੀਆਂ। ਦੂਜੇ ਬੰਨੇ ਬਾਬੇ ਨੇ ਜਿਹੜਾ ਮੌਤ ਉੱਤੇ ਵਾਰ ਕਰਨਾ, ਉਹ ਧਰਤੀ ਦੀ ਹਿੱਕ ਉੱਤੇ ਉੱਥੇ ਜਾ ਕੇ ਦਰਸ਼ਨ ਕਰੋ, ਲਕੀਰ ਖਿੱਚੀ। ਸੂਰਮਾ ਕਹਿੰਦਾ ਲਕੀਰ ਨੂੰ ਉਹ ਟੱਪਿਓ ਜਿਹਨੂੰ ਮੌਤ ਨਾਲੋਂ ਜ਼ਿੰਦਗੀ ਪਿਆਰੀ ਹੋਵੇ, ਮਾਰ ਕੇ ਛਾਲਾਂ ਸੂਰਮੇ ਟੱਪ ਗਏ। ਵੇਖਣ ਵਾਲਿਆਂ ਦੇ ਮੂੰਹੋਂ ਆਵਾਜ਼ ਨਿਕਲੀ, ਓ ਵੇਖੋ ਬੁੱਢਾ ਜਵਾਨੀ ਨਾਲ ਲੜਨ ਤੁਰਿਆ, ਛਾਪਾ ਮਾਰਿਆ ਜਿਨ੍ਹਾਂ ਦਰਬਾਰ ਉੱਤੇ ਬਾਬਾ, ਉਹਨਾਂ ਦੀ ਛਾਤੀ ਤੇ ਚੜ੍ਹਨ ਤੁਰਿਆ। ਬਈ ਲੈਕੇ ਮਾਲਵੇ ਮਾਝੇ ਦਵਾਬੀਆਂ ਨੂੰ ਲਾਵਾਂ ਫਤਿਹ ਦੀ ਹੋਣੀ ਨਾ ਪੜਨ ਤੁਰਿਆ, ਤੇ ਪੂਰਾ ਸੰਤ ਸਿਪਾਹੀ ਦਾ ਰੂਪ ਜੋਗੀ ਨਵੀਂ ਕਿਸਮਤ ਪੰਜਾਬ ਦੀ ਚੜ੍ਹਨ ਤੁਰਿਆ। ਗੁਰੂ ਕੇ ਲਾਲ ਤੁਰ ਪਏ। ਇੱਕ ਕਵਿਤਾ, ਇਹ ਵਿਸਾਖੀ ਵਾਲੇ ਦਿਨ ਬੰਬੇ ਦੀ ਧਰਤੀ, ਪੂਰੇ ਬੰਬੇ ਦੀਆਂ ਸੰਗਤਾਂ ਕਤਰਤ ਸੀ ਬੰਬਈ ਦੀਆਂ। ਰਾਤ ਨੂੰ ਜਦੋਂ ਕਵਿਤਾ ਗਾਈ, ਇਹਦਾ ਨਾਮ ਰੱਖਿਆ ਹੈ ਜੈਕਾਰਿਆਂ ਵਾਲੀ ਕਵਿਤਾ। ਕਵਿਤਾ ਇਹਨਾਂ ਤਿੰਨਾਂ ਨੇ ਗਾਉਣੀ ਹੈ, ਦਾਸ ਨੇ ਜੈਕਾਰਾ ਲਾਉਣਾ ਹੈ ਤੇ ਉੱਤਰ ਤੁਸੀਂ ਸਾਧ ਸੰਗਤ ਨੇ ਦੇਣਾ ਹੈ, ਫਿਰ ਆਨੰਦ ਕੋਈ ਵੱਖਰਾ ਹੀ ਆਵੇਗਾ। ਮੈਦਾਨੇ ਜੰਗ ਦੇ ਦਰਸ਼ਨ ਕਰੀਏ। 1,35,000 ਊਠ ਹਾਥੀ ਘੋੜਿਆਂ ਉੱਤੇ ਚੜੇ, ਲਾ ਕੇ ਹੱਥਾਂ ਦੇ ਉੱਤੇ ਰੰਗਲੀ ਮਹਿੰਦੀ, ਅਬਦਾਲੀ ਦੇ ਪਠਾਨ, ਵੱਡੇ ਵੱਡੇ ਜਰਨੈਲ, ਉਹ ਕਾਬਲ ਕੰਧਾਰ ਪਠਾਣੀ ਮਾਵਾਂ ਦੇ ਪੁੱਤਰ। ਦੂਜੇ ਬੰਨੇ ਗੁਰੂ ਕਲਗੀ ਧਰਦੇ ਅੰਮ੍ਰਿਤਧਾਰੀ, ਨਿਤਨੇਮੀ ਤਿਆਰ ਬਿਆਰ ਤਿਆਰ, ਕਲਗੀ ਧਰਦੇ ਜਾਏ ਵੀਰ ਬਹਾਦਰ ਮਾਤਾ ਸਾਹਿਬ ਕੌਰ ਦੇ ਪੁੱਤਰ ਅਮਰ ਖਾਲਸਾ, ਬਾਬਾ ਦੀਪ ਸਿੰਘ, ਬਾਬਾ ਨੌ ਸਿੰਘ, ਬਾਬਾ ਅਣੀ ਸਿੰਘ, ਬਾਬਾ ਜੀਤ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਗੰਢਾ ਸਿੰਘ, ਬਾਬਾ ਬਲਹਾਰ ਸਿੰਘ ਵਰਗੇ। ਬਈ ਲਾ ਕੇ ਨਗਾਰਿਆਂ ਉੱਤੇ ਚੋਟਾਂ ਕਲਗੀ ਧਰਦੇ ਸਿੰਘ, ਦੁਸ਼ਮਣ ਦੀਆਂ ਸਭਾ ਉੱਤੇ ਟੁੱਟ ਕੇ ਹੇ ਐਂ ਪੈ ਗਏ ਬਈ।
ਮਾਲਕ ਦੀ ਕਿਰਪਾ ਸਮਝੋ। ਆਨੰਦ ਆ ਗਿਆ ਜੀ ਗੁਰੂ ਮਹਾਰਾਜ ਦੇ ਤੁਹਾਡੇ ਚਰਨਾਂ ਵਿੱਚ ਆ ਕੇ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਭੈਣੋ ਉਹ ਨਿਤਨੇਮੀ ਮਾਵਾਂ ਦੇ ਪੁੱਤਰ ਸੀ, ਮਾਵਾਂ ਨੇ ਲੋਰੀਆਂ ਬਹਾਦਰੀ ਦੀਆਂ ਦਿੱਤੀਆਂ ਸੀ, ਮਾਵਾਂ ਨੇ ਚੜ੍ਹਦੀਆਂ ਕਲਾ ਦੇ ਗੀਤ ਗਾਏ ਸੀ। ਇੱਕ ਇੱਕ ਸਿੰਘ ਨੇ ਹਜ਼ਾਰਾਂ ਦੀ ਵੰਡੀ ਪਾ ਲਈ। ਬਾਬਾ ਦਿਆਲ ਸਿੰਘ ਜੀ ਅੱਗੇ ਵਧੇ, ਬਾਬਾ ਬਲਵੰਤ ਸਿੰਘ ਜੀ ਅੱਗੇ ਵਧੇ, ਬਾਬਾ ਯੁਝਾਰ ਸਿੰਘ ਜੀ ਅੱਗੇ ਵਧੇ, ਬਾਬਾ ਅਣੀ ਸਿੰਘ ਜੀ ਅੱਗੇ ਵਧੇ, ਬਾਬਾ ਅਰੂੜ ਸਿੰਘ ਅੱਗੇ ਵਧੇ, ਤੇ ਕੌਣ ਰੋਕੇ ਬਾਬਾ ਦੀਪ ਸਿੰਘ ਦੇ ਚੱਲਦੇ ਦੋ ਧਾਰੇ ਖੰਡੇ ਨੂੰ? ਇੱਕ ਵਾਰ ਨਾਲ ਦਸ ਦਸ ਸਿਰ ਧਰਤੀ ਦੇ ਉੱਤੇ ਕਿਵੇਂ ਡਿੱਗਦੇ ਆ? ਆਓ ਜਰਾ ਕਰੀਏ ਦਰਸ਼ਨ, ਬਈ ਬਾਹਾਂ ਖੜੀਆਂ ਕਰਕੇ ਜਕਾਰੇ ਦਾ ਉੱਤਰ ਦੇਣਾ ਏ। ਸੁਣਿਓ ਕਲਗੀ ਧਰਦੇ ਜਾਏ ਹਰਿਮੰਦਰ ਦਾ ਬਦਲਾ ਲੈਣ ਲਈ, ਵੈਰੀ ਉੱਤੇ ਟੁੱਟ ਕੇ ਐਂ ਪੈ ਗਏ। ਇਹ ਸਰੋਤਿਆਂ ਦਾ ਇਲਾਕਾ, ਇਸ ਇਲਾਕੇ ਦੇ ਇੱਕ ਸੰਤ ਹੋਏ ਨੇ ਬਾਬਾ ਬਿਸ਼ਨ ਸਿੰਘ ਜੀ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਕੰਡਾਲੇ ਜੱਟਾਂ ਜੀ। 128 ਸਾਲ ਉਮਰ ਤੇ ਬਾਬਾ ਜਵਾਹਰਦਾਸ ਜੀ ਕੌਣ ਨਹੀਂ ਜਾਣਦਾ। ਅਸੀਂ 13 ਵਾਰ ਪੂਰੀ ਦੁਨੀਆਂ ਚ ਗਏ ਹਾਂ ਜੀ। ਸਤਿਗੁਰਾਂ ਦੀਆਂ ਅਸੀਸਾਂ, ਤੁਹਾਡੀਆਂ ਅਸੀਸਾਂ, ਤੁਹਾਡਾ ਪਿਆਰ ਪੂਰੀ ਦੁਨੀਆਂ ਚ। ਤੇ ਜਦੋਂ ਇਸ ਇਲਾਕੇ ਚ ਆ ਜਾਈਏ, ਹੁਣੇ ਸਿੰਘ ਆਏ ਸੀ ਰਮਦਾਸਪੁਰ ਤੋਂ, ਮਹਾਂਪੁਰਸ਼ਾਂ ਨੇ ਪਿਆਰ ਘੱਲਿਆ ਵੀ ਜਥਾ ਆ ਰਿਹਾ। ਉਹਨਾਂ ਨੇ ਆਉਣ ਵਾਲੇ ਪ੍ਰੋਗਰਾਮਾਂ ਦੇ ਕੈਲੰਡਰ ਵੀ ਜਾਰੀ, ਪੋਸਟਰ ਵੀ ਜਾਰੀ ਕਰਵਾਏ ਬਾਬਾ ਜੀ ਰਮਦਾਸਪੁਰੇ ਵਾਲੇ, ਤੇ ਨਾਲ ਹੁਕਮ ਕੀਤਾ ਹੈ ਕਿ 1 ਜੂਨ ਤੋਂ 7 ਜੂਨ ਤੱਕ ਇੱਕ ਰਾਤ ਜ਼ਰੂਰ ਦਿਓ। ਹੁਕਮ ਹੈ ਜੀ ਆਪ ਜੀ ਦਾ। ਸਭ ਤੋਂ ਪਹਿਲਾਂ ਭਾਈ ਦਿਲਬਾਗ ਸਿੰਘ ਤੇ ਭਾਈ ਗੁਲਬਾਗ ਸਿੰਘ ਜੀ ਨੇ ਪਿੰਡ ਬੋਦਲਾਂ ਕੌਮ ਦੇ ਵੱਡੇ ਕੀਰਤਨੀ ਘਰ ਵਿੱਚ ਸਾਨੂੰ ਨਿੱਕੇ ਨਿੱਕੇ ਸਾਂ ਸੱਦਿਆ ਸੀ, ਤੇ 20 ਸਾਲ ਹੋ ਗਏ। ਇੰਨਾ ਆਨੰਦ ਆਉਂਦਾ ਹੈ ਜੀ ਇੱਧਰ ਹਾਜੀਪੁਰ ਤਲਵਾੜੇ ਤੱਕ, ਇਹ ਜਿੰਨੇ ਵੀ ਪਿੰਡ ਨੇ ਪ੍ਰਣਾਮ ਤੁਹਾਡੀ ਚੌਂਕੜੀ ਨੂੰ। ਜਦੋਂ ਵਿਦੇਸ਼ਾਂ ਵਿੱਚ ਜਾਈਦਾ ਤੇ ਇੱਥੋਂ ਦੀਆਂ ਸੰਗਤਾਂ ਮਾਣ ਕਰਦੀਆਂ, ਆਓ ਜਰਾ ਪਸੀਨਾ ਆਵੇ, ਰੋਮ ਖੁੱਲਣ, ਅਕਾਲ ਪੁਰਖ ਦੀ ਕਿਰਪਾ ਵਰਤੇ। 4 ਮਿਲੇ 64 ਖਿਲੇ, 20 ਮਿਲੇ ਕਰ ਜੋੜ, ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲਿਆ 7 ਕਰੋੜ, 7 ਕਰੋੜ ਦੋ ਸਰੀਰਾਂ ਉੱਤੇ ਰੋਮ ਹੁੰਦੇ ਆ। ਬਈ ਕਲਗੀ ਧਰਦਾ ਇੱਕ ਇੱਕ ਸਿੰਘ ਹਜ਼ਾਰਾਂ ਦੀਆਂ ਵੰਡੀਆਂ, ਹੇ ਐਂ ਪਾਈ ਜਾ ਰਹੀ। ਫਰਨ ਫਰਨ ਕਰ ਦੇਖ ਸਿੰਘਾਂ ਦੀ, ਫਰਨ ਫਰਨ ਕਰੋ।
ਮਾਂ ਸੁਲੱਖਣੀ ਦਾ ਪਿੰਡ ਹੈ ਚੱਪਾ। ਚੱਪੇ ਪਿੰਡ ਦੇ ਚੌਂਕ ਵਿੱਚ ਘੋੜੇ ਉੱਤੇ ਚੜਿਆ ਹੋਇਆ 96 ਸਾਲ ਦਾ ਬਾਬਾ ਨੌਦ ਸਿੰਘ, ਬਾਬਾ ਦੀਪ ਸਿੰਘ ਦੀ ਮਾਸੀ ਦਾ ਪੁੱਤ। 500 ਪਠਾਣਾ ਨੇ ਘੇਰਾ ਪਾ ਲਿਆ, ਇੱਕ ਇੱਕ ਦੇ ਟੁਕੜੇ ਕਰਕੇ ਛਾਤੀ ਵਿੱਚ ਤੋਪ ਦਾ ਗੋਲਾ ਖਾ ਕੇ ਬਾਬਾ ਕਿਵੇਂ ਸ਼ਹੀਦ ਹੋ ਗਿਆ, ਕਰੀਏ ਜਰਾ ਦਰਸ਼ਨ। ਪਰ ਵੈਰੀ ਨੂੰ ਨਾਮੀ ਚੇਤੇ ਕਰਾ ਕੇ ਧੂਲ ਚਟਾ ਗਿਆ ਕਲਗੀਧਰ ਦੇ ਸਿੰਘ, ਇਉਂ ਲੜਦੇ ਲੜੇ। ਤਗੜ ਕਰ ਘੋੜੇ ਭੱਜਣੇ ਅੰਬਰੀ ਧੂੜੀ ਡਾਂਦੇ ਉੜਦੇ ਜਾਂਦੇ, ਛਾ ਸਵਾਰ ਸੂਰਮੇ ਸਾਗਰ ਦਾ ਹਥਿਆਰ ਚਲਾਉਂਦੇ ਹੋਸ਼ ਭਲਾਂਦੇ, ਛਾ ਸਵਾਰ ਸੂਰਮੇ ਸਾਗਰ ਦਾ ਹਥਿਆਰ ਚਲਾਉਂਦੇ ਹੋਸ਼ ਭਲਾਂਦੇ, ਆ ਜਾਂਦੇ ਚੀਰ ਦੇ ਵਾਂਗੂ ਲੀਰ ਦੇ ਸਰੀਰ ਦੇ ਤੇ ਸਾਰੇ ਖੀਰ ਦੇ, ਕਾਰ ਕਰਾ ਕਰ ਕਾਰ ਕਰਾ ਕਰ ਗੋਲੀ ਚੱਲਦੀ ਤਾਰ ਤਲਾ ਤਲ ਤੀਰ, ਖੜ ਖੜਾ ਖੜ ਖੰਡੇ ਖੜ ਘੰਟੇ ਡਿੱਗ ਪੈਂਦੇ ਵੀਰ, ਖੜ ਖੜਾ ਖੜ ਖੰਡੇ ਖੜ ਘੰਟੇ ਡਿੱਗ ਪੈਂਦੇ ਵੀਰ, ਖੜ ਖੜਾ ਖੜ ਖੰਡੇ ਖੜ ਘੰਟੇ ਡਿੱਗ ਪੈਂਦੇ ਵੀਰ। ਬੋਲੇ ਸੋ ਨਿਹਾਲ, ਵਾਹ ਵਾਹ ਮੇਰੇ ਸਤਿਗੁਰਾ। ਕਿਤੇ ਕੌਮ ਦੁਨੀਆਂ ਦੇ ਕੋਨੇ 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 ਚ ਬਾਣੀ ਦਾ ਪ੍ਰਕਾਸ਼ ਹੋ ਗਿਆ ਜੀ, ਤੇ ਜਕਾਰੇ ਗੂੰਜ ਰਹੇ ਆ। ਚੜ੍ਹਦੀ ਕਲਾ ਏ, ਢਹਿੰਦੀ ਕਲਾ ਵਾਲੀ ਤੇ ਗੱਲ ਹੀ ਨਹੀਂ ਹੈਗੀ ਕੌਮ ਦੇ ਵਿੱਚ। ਇੱਕ ਤੁਹਾਨੂੰ ਉੱਚੀ ਸੁਰ ਦੇ ਅਲਗੋਜੇ ਗੁਰੂ ਜੀ ਦੀ ਕਿਰਪਾ ਤੇ ਤੁਹਾਡੀਆਂ ਅਸੀਸਾਂ ਨਾਲ ਸੁਣਾ ਕੇ ਤੁਹਾਡੇ ਤੋਂ ਖਿਮਾ ਲੈਣੀ ਹੈ। ਟਾਈਮ ਵੱਧ ਲਾ ਕੇ ਜਾਵਾਂਗੇ, ਭਾਵੇਂ ਸਫ਼ਰ ਲੰਬਾ ਏ, ਸਤਿਗੁਰੂ ਕਿਰਪਾ ਕਰੇ ਭੱਜਣਾ ਨਹੀਂ। ਜਿੱਥੇ ਇਹੋ ਜਿਹੀਆਂ ਮਾਵਾਂ ਭੈਣਾਂ ਧੀਆਂ ਵੀਰ ਭਰਾ ਰੱਬ ਵਰਗੀਆਂ ਸੰਗਤਾਂ ਤੇ ਮਹਾਂਪੁਰਸ਼ਾਂ ਦਾ ਬੰਦਗੀ ਅਸਥਾਨ ਮਿਲ ਜਾਵੇ, ਸੋਹਣੀ ਸਾਊਂਡ ਲਾਈਵ ਟੈਲੀਕਾਸਟ ਆਨੰਦ ਬਣ ਜਾਂਦਾ ਸਤਸੰਗ ਜੀ। ਅੱਗੇ ਚੱਲੀ ਗਏ ਆਪਾਂ ਇਤਿਹਾਸ, ਮਿਰਗਿਓ ਭੈਣੋ ਬਣਦੇ ਕਿੱਦਾਂ। ਇਹ ਨਾ ਸੋਚਿਓ ਕਿ ਉਹ ਜਮਾਨੇ ਸੀ, ਉਹ ਵੇਲੇ ਸੀ, ਅੱਜ ਵੀ ਤੁਹਾਡੇ ਪੁੱਤਰ ਭੈਣੋ ਵੀਰੋ ਮਾਓ, ਮੈਂ ਮਾਵਾਂ ਦੇ ਚਰਨਾਂ 'ਚ ਬੇਨਤੀ ਕਰਾਂ, ਅੱਜ ਮਈ ਦਿਵਸ ਹੈ, ਧਿਆਨ ਦਿਓ। ਤੇ ਮਈ ਦਿਵਸ ਵਿੱਚ ਇੱਕ ਦਿਨ ਆਉਂਦਾ ਏ, ਕਹਿੰਦੇ ਮਾਂ ਦਾ ਦਿਨ ਆਉਂਦਾ ਏ, ਗੱਜ ਕੇ ਆਖੋ ਸਤਨਾਮ। ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਈ, ਲੈਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਐ ਪਰ ਫੁੱਲਾਂ ਦੀ ਕਮਲਾਇਆ ਇਹ ਬੂਟਾ ਸੁੱਕ ਜਾਏ। ਮਾਂ ਤੂੰ ਗੁੜਖੰਡ ਮਿਸ਼ਰੀ ਸ਼ਹਿਦ ਤੋਂ ਮਿੱਠੀ ਏ ਮਾਂ ਮਨੁੱਖ ਦੀ, ਪੂਰੀਆਂ ਕਰਦੀ ਏ ਬੱਚੇ ਦੀਆਂ ਆਸਾਂ ਟਹਿਣੀ ਜੋ ਕਲ ਪਰੁੱਖ ਦੀ। ਫਿਰ ਕਵੀ ਕਹਿੰਦਾ ਭੇਟਾ ਕਰ ਰਿਹਾ ਤੇਰੇ ਚਰਨਾਂ ਵਿੱਚ ਖਿੜੇ ਅੱਧ ਖਿੜੇ ਖਿਆਲਾਂ ਦੇ ਫੁੱਲ, ਦੇ ਸਕਦਾ ਨੀ ਇਸ ਤੋਂ ਵੱਧ ਅਮੀਏ ਤੇਰੇ ਪਾਲਣ ਦਾ ਮੁੱਲ। ਮਾਂ ਦੇ ਪਾਲਣ ਦਾ ਮੁੱਲ ਕੌਣ ਦੇ ਸਕਦਾ ਹੈ। ਸੱਚੀ ਪੁੱਛੋ ਤਾਂ ਇਸ ਔਲਾਦ ਬਦਲੇ, ਧੀਆਂ ਪੁੱਤਰਾਂ ਬਦਲੇ, ਲੱਖਾਂ ਹੀ ਮਨ ਤਾਂ ਦਿਲ ਵਿੱਚ ਧਾਰ ਦੀ ਮਾਂ ਡੁੱਬੀ ਰਹਿੰਦੀ ਏ ਇਸ ਖਿਆਲ ਅੰਦਰ, ਸੋਚਾਂ ਦਿਲ ਦੇ ਵਿੱਚ ਵਿਚਾਰ ਦੀ ਮਾਂ, ਜਦੋਂ ਰੱਬ ਨਿਮਾਣੀ ਨੂੰ ਭਾਗ ਲਾਵੇ ਆਉਣਾ ਜੱਗ ਤੇ ਸਫਲ ਚਿਤਾਰ ਦੀ। ਧਿਆਨ ਦਿਓ ਜ਼ਰਾ,
ਮੈਂ ਪਿੰਡ ਪੋਹ ਪਿੰਡ ਪਹੁੰਚ ਗਿਆ ਜੀ, ਵੇਲਣਾ ਵਗਰਿਆ ਵੇਲਣਾ, ਕੁਲਾੜੀ ਇੱਧਰ ਕੁਲਾੜੀ ਕਹਿੰਦੇ ਨਾ, ਇੱਕ ਸੰਤ ਤੁਰਿਆ ਜਾਂਦਾ ਸੁਖਮਨੀ ਪੜਦਾ, ਗੁਰਸਿੱਖ ਭਗਤੂ ਜੱਟਦਾ ਵੇਲਣਾ ਵੇਖਿਆ, ਵੇਲਣਾ ਵਗਦਾ ਹੋਵੇ ਤੇ ਕਿਸ ਬੰਦੇ ਦਾ ਮਨ ਰੁਕਣ ਨੂੰ ਨੀ ਕਰਦਾ ਸੀ, ਗੱਡੀ ਰੋਕ ਲੈਂਦੇ ਆ ਜੀ, ਰੋਟੀ ਦਾ ਵੇਲਾ ਇਹ, ਦੋ ਪ੍ਰਸ਼ਾਦੇ ਛਕਾਂਗੇ, ਗੁੜ ਖਾਵਾਂਗੇ, ਰਸ ਪੀਵਾਂਗੇ। ਸੁਖਮਨੀ ਦੀ ਸਮਾਪਤੀ ਹੋ ਗਈ, ਬਾਬੇ ਭਗਤੂ ਦੀ ਘਰ ਵਾਲੀ ਜਿਉਣੀ ਪਿੰਡੋਂ ਭੋਜਨ ਲੈ ਕੇ ਆ ਗਈ, ਸਵਾਣੀਆਂ ਜਾਂਦੀਆਂ ਸੀ ਨਾ, ਅੱਜ ਸਾਨੂੰ ਭੁੱਲ ਗਿਆ। ਬਾਬਾ ਜੀ ਕਹਿੰਦੇ, ਬਾਬਾ ਭਗਤੂ ਜੀ, ਬਾਬਾ ਦੀਪ ਸਿੰਘ ਦੇ ਪਿਤਾ ਕਹਿੰਦੇ, ਮਹਾਤਮਾ ਜੀ ਘਰੋਂ ਲੰਗਰ ਆਇਆ ਹੈ ਗੁਰੂ ਨਾਨਕ ਦਾ, ਗੁਰੂ ਕਲਗੀਧਰ ਦਾ, ਹੱਥ ਧੋਵੋ ਛਕੋ, ਭੁੱਖ ਲੱਗੀ ਸੀ। ਸਾਧੂ ਨੇ ਪੜਿਆ ਸ਼ਬਦ, ਲੰਗਰ ਛਕਿਆ, ਬਾਬੇ ਨੇ ਛਕ ਲਿਆ, ਨੌਕਰ ਨੇ ਛਕ ਲਿਆ, ਘਰ ਵਾਲੀ ਛਕ ਕੇ ਭਾਂਡੇ ਮਾਂਜਦੀ ਆ। ਬਾਬਾ ਆਪ ਹੀ ਕੁਲਾੜੀ ਚ ਗੰਨੇ ਲਾਉਂਦਾ, ਆਪ ਹੀ ਬੋਲਦਾ ਨੂੰ ਹਿੱਕਦਾ, ਆਪ ਹੀ ਰੋਹ ਦੇ ਪੀਪੇ ਚੱਕਦਾ, ਤੇ ਸਾਧੂ ਬੋਲਿਆ, ਸਾਧੂ ਬੋਲਦੇ ਆ, ਇਹਨਾਂ ਨੂੰ ਬੁਲਾ ਲਿਆ ਕਰੋ, ਇਹ ਜਦੋਂ ਬੋਲਦੇ ਆ ਨਾ ਕਰਮਾਂ ਵਾਲੇ, ਉਹ ਫਿਰ ਪ੍ਰਮਾਤਮਾ ਦੇ ਘਰ ਦੇ ਖਜ਼ਾਨੇ ਖੁੱਲ ਜਾਂਦੇ ਆ, ਗੱਜ ਕੇ ਆਖੋ ਸਤਨਾਮ, ਬੁਲਾ ਲਿਆ ਕਰੋ। ਕਹਿੰਦਾ ਸੁਭਾਗੀ ਜੋੜੇ, ਆ ਗੰਨੇ ਲਾਉਣੇ ਤੇ ਨਿੱਕੇ ਨਿੱਕੇ ਬੱਚਿਆਂ ਦਾ ਕੰਮ ਹੁੰਦਾ, ਗਾੜੇ ਤੇ ਬਹਿ ਕੇ ਦਾਦਾ ਜੀ ਮੈਂ ਬੋਲਦਾ ਨੂੰ ਹਿੱਕਦਾ, ਤੁਹਾਡੇ ਚਿੱਟਾ ਦਾੜਾ ਆਏ, ਬੀਬੀ ਤੇਰੇ ਸਿਰ ਦੇ ਵਾਲ ਚਿੱਟੇ ਆ, ਤੁਹਾਡੇ ਘਰੇ ਕੋਈ ਪੋਤਾ ਪੋਤੀ ਨੀ, ਹੱਥੋਂ ਗੜਵਾ ਛੁੱਟ ਗਿਆ ਭੈਣੋ, ਮਮਤਾ ਸੀ ਨਾ, ਅੱਖਾਂ ਚ ਹੰਝੂ ਆ ਗਏ, ਬਾਬਾ ਤੂੰ ਪੋਤਿਆਂ ਦੀ ਗੱਲ ਕਰਦਾ, ਸਾਡੇ ਘਰੇ ਤੇ ਪੁੱਤ ਵੀ ਨਹੀਂ ਹੋਇਆ, ਗੱਜ ਕੇ ਆਖੋ ਸਤਨਾਮ। ਤੇ ਸਾਧੂ ਨੇ ਛਕਿਆ ਸੀ ਲੰਗਰ, ਦੋਵਾਂ ਨੂੰ ਗੱਲ ਨਾ ਲਾ ਲਿਆ, ਆ ਮੇਰੀ ਮਾਂ, ਤੇਰੇ ਘਰ ਤੇ ਸੂਰਮਾ ਪੁੱਤਰ ਆਉਣਾ ਹੈ, ਕੀਤੀ ਅਰਦਾਸ, ਹੇ ਦੁਨੀਆਂ ਦੇ ਵਾਲੀ ਸਤਿਗੁਰਾ, ਗੁੜ ਛਕਿਆ, ਰਸ ਪੀਤੀ, ਲੂਣ ਖਾਧਾ, ਪ੍ਰਸ਼ਾਦੇ, ਮੱਖਣ, ਦਹੀਂ, ਘਿਓ, ਕਰੋ ਕਿਰਪਾ। ਉਹ ਸਾਇੰਸ ਜਿੱਥੇ ਹੰਬ ਜਾਂਦੀ ਹੈ, 17 ਸਾਲਾਂ ਦਾ ਬਾਬਾ ਭਗਤੂ ਤੇ 18 ਸਾਲ ਦੀ ਮਾਤਾ ਜਿਉਣੀ ਹੈ, ਜਿੱਦਣ ਬਾਬੇ ਦੀਪ ਸਿੰਘ ਦਾ ਜਨਮ ਹੋਇਆ, ਗੱਜ ਕੇ ਕਹਿ ਦਿਓ ਸਤਨਾਮ। ਤੇ ਦੁੱਧ ਚੰਗਾਉਂਦੀ ਏ, ਦੁੱਧ ਰਿੜਕਦੀ ਏ, ਤੇ ਪੜ੍ਹਦੀ ਕੀ ਏ, ਜਿਉ ਤੋ ਪ੍ਰੇਮ ਖਿਲਨ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ। ਜਦੋਂ 18 ਸਾਲਾਂ ਦੇ ਨੂੰ ਲੈ ਕੇ ਕਲਗੀਧਰ ਦੇ ਚਰਨਾਂ ਚ ਆਈ, ਉਹਨੇ ਗੁਰੂ ਦੇ ਚਰਨ ਫੜ ਲਏ, ਸੰਗਤ ਚਲੇ ਗਈ, ਉਹ ਬੈਠਾ ਰਹਿ ਗਿਆ। ਮਹਾਰਾਜ ਕਹਿੰਦੇ, ਪੁੱਤਰਾ ਤੂੰ ਨੀ ਗਿਆ, ਸੰਗਤ ਬੈਠੀ ਹੋਵੇ ਤੇ ਗੁਰੂ ਜੀ ਜਾਂਦੇ ਨਹੀਂ, ਇਹ ਸੁਭਾਅ ਹੈ, ਇਹ ਕਿਰਪਾ ਹੈ। ਕਹਿੰਦਾ ਜੀ ਮੈਂ ਇੱਕ ਸਵਾਲ ਕਰਨਾ, ਕਹਿੰਦੇ ਅੱਗੇ ਕਰ ਲੈਂਦਾ ਮਹਾਰਾਜ, ਅੱਗੇ ਉਹ ਕਰਨ ਵਾਲਾ ਨਹੀਂ, ਇਕੱਲੇ ਤੁਸੀਂ ਤੇ ਇਕੱਲਾ ਮੈਂ, ਇਹ ਆ ਗੱਲਾਂ ਮਰਜੂੜੀਆਂ ਮਾਵਾਂ ਦੇ ਪੁੱਤਰਾਂ ਦੀਆਂ। ਮਹਾਰਾਜ ਕਹਿੰਦੇ ਬੋਲ। ਕਹਿੰਦਾ ਮੇਰੀ ਮਾਂ ਵੀ ਸੁਣਾਉਂਦੀ ਸੀ, ਤੁਹਾਡੇ ਸਿੰਘ ਵੀ ਸੁਣਾਉਂਦੇ ਆ, ਤੇ ਅਰਥ ਇਹੋ ਹੀ ਹੈ ਨਾ ਕਿ ਬੰਦੇ ਦਾ ਸਿਰ ਕੱਟਿਆ ਜਾਵੇ ਤੇ ਬੰਦਾ ਤਲੀ ਦੇ ਉੱਤੇ ਧਰ ਕੇ ਯਾਰ ਦੀ ਗਲੀ ਨੂੰ ਪਾਰ ਕਰ ਜਾਵੇ। ਮਹਾਰਾਜ ਕਹਿੰਦੇ ਇਹੋ ਹੀ ਆ। ਕਹਿੰਦਾ ਵੀ ਸਤਿਗੁਰਾ ਇਹ ਗੱਲ ਕਹਿਣ ਸੁਣਨ ਵਾਸਤੇ ਜਾਂ ਬਾਣੀ ਵਿੱਚ ਕਿ ਵੇਖਣ ਵਾਸਤੇ ਵੀ ਹੋਵੇਗੀ, ਗੱਜ ਕੇ ਆਖੋ ਸਤਨਾਮ। ਇਹ ਸਵਾਲ ਕੀਤਾ 18 ਸਾਲ ਦੀ ਉਮਰ ਵਿੱਚ, ਮਾਂ ਨੇ ਬਾਣੀ ਉਹ ਸੁਣਾਈ ਏ, ਤੇ ਜਿਹੜਾ ਪੁੱਤਰ ਮਾਂ ਕੋਲੋਂ ਬਾਣੀ ਸੁਣ ਗਿਆ, ਦੁਨੀਆਂ ਦੀ ਕੋਈ ਤਾਕਤ ਉਹਨੂੰ ਧਰਮ ਤੋਂ ਥੜਕਾ ਨਹੀਂ ਸਕਦੀ, ਡੁਲਾ ਨਹੀਂ ਸਕਦੀ, ਇਹ ਤੁਹਾਡੀ ਜ਼ਿੰਮੇਵਾਰੀ ਏ, ਸਾਂਭ ਲਓ, ਡੁੱਲਿਆਂ ਵੇਰਾਂ ਦਾ ਕੁਝ ਨਹੀਂ ਗਿਆ। ਮਹਾਰਾਜ ਕਹਿੰਦੇ ਪੁੱਤਰ
ਸਵਾਲ ਵੀ ਤੂੰ ਹੈ ਤੇ ਜਵਾਬ ਵੀ ਹੁਣ ਤੂੰ ਦੇਵੇਂਗਾ, ਭਾਵ ਕੇ ਹੋ ਸਕਦੀ ਹੈ। ਉਹਨੇ ਫੇਰ ਚਰਨ ਫੜ ਲੈ, ਕਹਿੰਦਾ ਜੇ ਮੇਰਾ ਸਿਰ ਕੱਟਿਆ ਜਾਣਾ ਹੈ ਤੇ ਮੈਂ ਤਲੀ ਤੇ ਧਰ ਕੇ ਪ੍ਰੀਤਮਾ ਯਾਰਾ ਤੇਰੀ ਗਲੀ ਨੂੰ ਪਾਰ ਕਰਨਾ ਹੈ, ਮੈਂ ਤੇਰੇ ਚਰਨ ਓਨਾ ਚਿਰ ਤੱਕ ਨਹੀਂ ਛੱਡਣੇ ਜਿੰਨਾ ਚਿਰ ਤੱਕ ਮੈਨੂੰ ਉਹ ਫਾਰਮੂਲਾ ਨਹੀਂ ਸਮਝਾਉਂਦਾ ਕਿ ਸਿਰ ਕੱਟਿਆ ਹੋਇਆ ਤਲੀ ਦੇ ਉੱਤੇ ਧਰਨਾ ਕਿੱਦਾਂ ਹੈ। ਗੱਜ ਕੇ ਆਖੋ ਸਤਨਾਮ। ਫਿਰ ਕਲਗੀਧਰ ਨੇ ਸਮਝਾਇਆ ਤੇ 57 ਸਾਲ ਬੈਠਾ ਨਹੀਂ ਬਾਬੇ ਭਗਤੂ ਤੇ ਮਾਂ ਜਿਉਣੀ ਦਾ ਪੁੱਤਰ ਕਲਗੀਧਰ ਮਾਤਾ ਸਾਹਿਬ ਕੌਰ ਦਾ ਜਾਇਆ ਬਾਬਾ ਦੀ 57 ਸਾਲ, 18 ਦਾ ਸੀ ਜਦੋਂ ਨੁਕਤਾ ਮਿਲਿਆ, 57 ਸਾਲ ਉਹ ਪ੍ਰੈਕਟੀਕਲ ਹੀ ਕਰਦਾ ਰਿਹਾ, ਜਪਦਾ ਰਿਹਾ ਬਾਣੀ ਨੂੰ ਜਿਹੜਾ ਕਲਗੀ ਵਾਲੇ ਨੇ ਨੁਕਤਾ ਦਿੱਤਾ। ਲਓ ਜੀ ਅੱਜ ਫਿਰ ਦੁਸ਼ਮਣ ਦੇ ਭਾਰ ਹੀ ਪਰਲੋ ਆ ਗਈ, ਵਕਤ ਆ ਗਿਆ, ਮੌਤ ਲਿਆਈ ਘੇਰ ਕੇ ਪਠਾਣਾ ਦਾ ਟੋਲਾ ਆਉ ਲਾ ਦਿੱਤੇ। ਜਦੋਂ ਜਹਾਨ ਖਾਨਾ ਟੱਕਰ ਹੋਈ ਵਾਰ ਸਾਂਝੇ ਬਾਬੇ ਦੇ ਖੰਡੇ ਨੇ ਉਹ ਚੀਰ ਕੇ ਦੋ ਫਾੜ ਕਰ ਦਿੱਤਾ, ਪਰ ਡਿੱਗਣ ਲੱਗੇ ਦੀ ਕਿਰਪਾ ਤਲਵਾਰ ਜਿਹੜੀ ਸੀ ਕਾਰਾ ਕਰ ਗਈ, ਬਾਬੇ ਦਾ ਸਿਰ ਕੱਟਿਆ ਗਿਆ। ਉਹ ਕੱਟੇ ਹੋਏ ਸਿਰ ਨੂੰ ਵੇਖ ਕੇ ਮੌਤ ਤਾੜੀ ਮਾਰ ਕੇ ਹੱਸੀ, ਬੱਲੇ ਉਹ ਵੱਡਿਆ ਸੂਰਮਾ ਤੇਰਾ ਗੁਰੂ ਵੀ ਝੂਠਾ। ਮੌਤ ਕਹਿੰਦੀ ਹੈ ਗੁਰੂ ਦੀ ਬਾਣੀ ਵੀ ਝੂਠੀ, ਤੇਰਾ ਬਾਣਾ ਵੀ ਝੂਠਾ, ਤੇ ਦੀਪ ਸਿੰਘਾ ਤੂੰ ਵੀ ਝੂਠਾ, ਤੇ ਤੇਰੀ ਕੀਤੀ ਹੋਈ ਅਰਦਾਸ ਵੀ ਝੂਠੀ। 5 ਮਹੀਨੇ ਦਿੱਤੇ ਮੌਤ ਨੇ, ਪਰ ਸਮਝ ਲਈਏ ਆਸ਼ਕ ਪਰਵਾਨਿਆਂ ਨੂੰ, ਆ ਗੁਰੂ ਦਾ ਪਿਆਰਾ ਕੱਟੇ ਹੋਏ ਸਿਰ ਨੂੰ ਰੱਖ ਕੇ ਤਲੀ ਦੇ ਉੱਤੇ ਫੜ ਕੇ ਖੰਡਾ ਕਹਿੰਦਾ ਮੌਤ ਮੇਰਾ ਗੁਰੂ ਵੀ ਸੱਚਾ, ਗੁਰੂ ਦੀ ਬਾਣੀ ਵੀ ਸੱਚੀ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਮੈਂ ਵੀ ਸੱਚਾ, ਮੇਰਾ ਅੰਮ੍ਰਿਤ ਵੀ ਸੱਚਾ, ਤੇ ਗੁਰੂ ਦੇ ਚਰਨਾਂ ਚ ਕੀਤੀ ਹੋਈ ਅਰਦਾਸ ਵੀ ਸੱਚੀ। ਤੂੰ ਕਹਿੰਦੀ ਅੰਮ੍ਰਿਤਸਰ ਦੂਰ ਏ, ਵੈਰੀਆਂ ਦਾ ਕਬਜ਼ਾ ਏ, ਆ ਵੇਖ ਮੇਰੇ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਮੇਰੀ ਅਰਦਾਸ, ਵੇਖ ਮੇਰਾ ਜਪਿਆ ਹੋਇਆ ਗੁਰੂ ਦਾ ਨਾਮ। ਲਓ ਜੀ ਰੱਖ ਲਿਆ ਤਲੀ ਦੇ ਉੱਤੇ ਸੀਸ ਤੇ ਖੰਡਾ ਪਹਿਲਾਂ ਹੀ ਹੱਥ ਵਿੱਚ ਹੈ। ਬਾਬਾ ਦੀਪ ਸਿੰਘ ਦੇ ਸਾਹਮਣੇ ਮੌਤ ਦੀਆਂ ਗੋਡਣੀਆਂ ਲੱਗ ਗਈਆਂ, ਮੌਤ ਦੀ ਮੌਤ ਹੋ ਗਈ। ਫੁੱਲ ਸਦਾ ਜਹਾਨ ਤੇ ਖਿੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ, ਉਹਦੀ ਕੱਚਿਆਂ ਦੀ ਪ੍ਰਵਾਹ ਕਰਦੇ ਜਿਹੜੇ ਵੇਖ ਲੈਂਦੇ ਕੰਡੇ, ਫਿਰ ਉਹਨਾਂ ਉੱਤੋਂ ਸਰਵਾਰ ਨੇ ਕਰੇ ਦੁਨੀਆਂ ਜਿਹੜੇ ਦੇਸ਼ ਖਾਤਰ ਆਪਾਂ ਵਾਰਦੇ ਨੇ, ਨਿਰਸ਼ਲ ਕੌਮ ਨੂੰ ਜ਼ਿੰਦਗੀ ਦੇਣ ਵਾਲੇ ਪਹਿਲਾਂ ਮੌਤ ਦੀ ਜ਼ੁਲਫ ਸਵਾਰ, ਮੌਤ ਦੀਆਂ ਜ਼ੁਲਫਾਂ ਸਵਾਰ ਦਿੱਤੀਆਂ, ਹੋਸ਼ ਭੁੱਲ ਗਈ, ਮੌਤ ਡਿੱਗ ਪਈ, ਮੌਤ ਦੀ ਮੌਤ ਹੋ ਗਈ। ਅਬਦਾਲੀ ਦੇ ਸਿਪਾਹੀਆਂ ਨੇ ਸੀਸ ਤਲੀ ਉੱਤੇ ਦੇਖਿਆ, ਮੈਦਾਨ ਵਿੱਚੋਂ ਭੱਜ ਉੱਠੇ। ਅਬਦਾਲੀ ਕਹਿੰਦਾ ਉਹ ਕਿੱਧਰ ਭੱਜੇ ਆਉਂਦੇ, ਲਾਹੌਰ ਸੀ ਬੈਠਾ। ਆਵਾਜ਼ ਆਈ ਬਾਦਸ਼ਾਹ ਖੰਡੇ ਵਾਲੇ ਬਾਬੇ ਸਾਹਮਣੇ ਖੜਿਆ ਜਾਂਦਾ ਨਹੀਂ, ਉੱਥੇ ਬਿਨਾਂ ਸੀਸ ਸਿੰਘ ਲੜਦਾ ਤੇ ਸਾਥੋਂ ਲੜਿਆ ਜਾਂਦਾ ਨਹੀਂ। ਲਓ ਹੁਣ ਦਰਸ਼ਨ ਕਰ ਲਓ, ਮਿੰਟ ਰਹਿ ਗਿਆ ਜੀ 5, ਅਸੀਂ 7 ਲਾ ਕੇ ਜਾਵਾਂਗੇ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਜਦਣ ਫੇਰ ਸਦੋਗੇ ਨਾ ਏਦਾਂ ਦੀ ਪਿਆਰੀ ਸੰਗਤ, ਏਦਾਂ ਦਾ ਹੀ ਪ੍ਰਬੰਧ ਕਰਿਓ, ਸਾਰਾ ਕੁਝ ਆਹ ਹੀ। ਉਦਣ ਆਪਾਂ ਹੋਰ ਪ੍ਰੋਗਰਾਮ ਨਹੀਂ ਫੜਦੇ, ਜਿੰਨਾ ਮਰਜ਼ੀ ਟਾਈਮ ਦਵਾ ਲਿਓ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਮਹਾਰਾਜ ਨੇ ਕਿਰਪਾ ਕੀਤੀ ਏ, ਜਿਹੜਾ ਸਤਿਕਾਰ ਆਉਂਦਿਆਂ ਦਾ ਇੱਥੇ ਹੋਇਆ, ਕਿਤੇ ਪੂਰੀ ਕੌਮ, ਪੂਰੇ ਪ੍ਰਬੰਧਕ, ਪੂਰੀ ਦੁਨੀਆਂ ਵਿੱਚ ਢਾਡੀਆਂ ਕਮਿਸ਼ਨਰਾਂ ਤੇ ਰਾਗੀਆਂ ਨੂੰ ਏਦਾਂ ਗੱਲ ਨਾਲ ਲਾ ਲਓ ਨਾ,
ਇਹ ਤੇ ਮੁਰਦਿਆਂ ਨੂੰ ਜੀਂਦੇ ਕਰ ਦੇਣ, ਮੁਰਦਿਆਂ ਨੂੰ ਜੀਂਦੇ। ਇਹ ਗੁਰੂ ਦੀ ਇੰਨੀ ਰਹਿਮਤ ਲੈ ਕੇ ਆਉਂਦੇ ਆ। ਵੇਈ ਨਦੀ ਦੇ ਕੰਢੇ ਤੋਂ ਤੁਰਿਆ ਹਾਂ, ਪਾ ਬਈ ਸਿੰਘਾ ਗੇਰ ਤੇ ਕਲੱਚ ਤੇ ਬ੍ਰੇਕ ਤੋਂ ਪੈਰ ਨਾਲ ਚੱਕੀ, ਪੜਿਆ ਮੂਲ ਮੰਤਰ ਧਿਆਇਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਜਕਾਰਾ, ਬੇਬੇ ਨਾਨਕੀ ਦੀ ਨਗਰੀ ਚੋਂ, ਗੁਰੂ ਨਾਨਕ ਦੀ ਭੈਣ ਦੀ ਨਗਰੀ ਚੋਂ, ਭੈਣ ਮਾਂ ਸੁਲੱਖਣੀ, ਗੁਰੂ ਨਾਨਕ ਦੇ ਮਹਿਲ, ਦੋ ਫਰਜੰਦ ਤੇ ਜਿੰਨੇ ਭੱਟ ਬਾਬਾ ਜੀ ਗੁਰਬਾਣੀ ਚ ਬੈਠੇ ਆ ਨਾ, ਸਾਰਿਆਂ ਦਾ ਜਨਮ ਸੁਲਤਾਨਪੁਰ ਲੋਧੀ ਦਾ। ਇਹ ਗੱਜ ਕੇ ਆਖੋ ਸਤਨਾਮ। ਲਓ ਹੁਣ ਉਸ ਨਗਰੀ ਚੋਂ, ਨਾਨਕ ਨਗਰੀ ਚੋਂ ਜਿੱਥੋਂ ਮੂਲ ਮੰਤਰ ਪ੍ਰਗਟ ਹੋਇਆ, ਇੱਕ ਜਕਾਰਾ ਲੈ ਕੇ ਆਇਆ ਤੁਹਾਡੇ ਲਈ। ਬੋਲੇ ਭਾਈ ਮੇਜਰ ਸਿੰਘ ਜੀ ਖਾਲਸਾ, ਵੀਰ ਸੁਖਚੈਨ ਸਿੰਘ ਜੀ ਚੰਨ ਮਖੂ ਤੇ ਕਾਕਾ ਇੰਦਰਜੀਤ ਸਿੰਘ ਕੰਗ, ਵਾਵਾ ਬਾਪੂ ਜੀ ਸੱਚ ਖੰਡ ਵਾਸੀ, ਵੱਡੇ ਉਸਤਾਦ ਰਾਗੀ ਅਜੀਤ ਸਿੰਘ ਜੀ ਦਾ ਪੋਤਰਾ, ਸਰੰਗੀ ਦੇ ਉੱਤੇ ਵਾਹਿਗੁਰੂ ਦੀ ਵੱਡੀ ਕਿਰਪਾ ਏ। ਇਹ ਕ੍ਰਿਕਟ ਦਾ ਇੰਗਲੈਂਡ ਜੇਤੂ ਖਿਡਾਰੀ ਹੈ, ਪਰ ਕਹਿੰਦਾ ਅੰਕਲ ਜੀ ਇੱਥੇ ਆਨੰਦ ਬਹੁਤ ਹੈ। ਮੈਂ ਕਿਹਾ ਦਾਦੇ ਦੀ ਕਲਾ ਏ, ਦਾਦੇ ਨੇ ਦਿੱਤੀ ਏ, ਗੁਰੂ ਨੇ ਦਿੱਤੀ ਹੈ। ਕਾਕਾ ਗੁਰਜਿੰਦਰ ਸਿੰਘ ਸੰਮੀ ਅਲਗੋਜੇ ਕਹਿਣ ਲੱਗੇ ਆ, ਮੌਤ ਦੀ ਮੌਤ ਹੋ ਗਈ, ਲੈ ਕੇ ਦੋ ਧਾਰਾ ਖੰਡਾ ਰੱਖ ਤਲੀ ਦੇ ਉੱਤੇ ਸੀਸ ਬਾਬਾ ਹਰਿਮੰਦਰ ਨੂੰ ਆਜ਼ਾਦ ਕਰਵਾ ਗਿਆ, ਸੀਸ ਗੁਰੂ ਦਿਆਂ ਚਰਨਾਂ ਚ ਭੇਟ ਕਰ ਗਿਆ ਤੇ ਮੌਤ ਦੀ ਮੌਤ ਹੇ ਐਂ ਹੋ ਗਈ। ਬਾਬਾ ਜੀ ਹੁਣਾਂ ਦੇ ਸਤਿਕਾਰ ਵਿੱਚ ਇਹ ਵੀਡੀਓ ਲਾਈਵ ਕਾਸਟ ਹੋ ਰਿਹਾ ਜੀ, ਆਪਾਂ ਇੱਕ ਜਕਾਰਾ ਲਾ ਦਈਏ। ਬੋਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ। ਇੱਕ ਇੱਕ ਪੰਕਤੀ ਨੂੰ ਸੁਣਿਓ, ਪਿਆਰ ਹੈ ਤੁਹਾਡਾ। ਸੁਲਤਾਨਪੁਰ ਲੋਧੀ ਤੋਂ ਆਇਆ ਜਥਾ, 98150 34151 ਮੋਬਾਈਲ ਨੰਬਰ ਆ। ਸੁਣੋ ਪਿਆਰ ਦੇ ਨਾਲ ਕਿਵੇਂ ਕਟਿਆ ਹੋਇਆ ਸਿਰ ਤਲੀ ਦੇ ਉੱਤੇ ਧਰ ਕੇ ਯਾਰ ਦੀ ਗਲੀ ਨੂੰ ਬਾਬਾ ਪਾਰ ਕਰ ਗਿਆ। ਇਉਂ ਵੇ ਹੋਰਾਂ ਵਿੱਚ ਮੋ ਸਾਹਮਣੇ ਪਿੜੀਆਂ ਤਲਵਾਰਾਂ, ਮੋ ਸਾਹਮਣੇ ਪਿੜੀਆਂ ਤਲਵਾਰਾਂ, ਹੋ ਜੋ ਆਪਸ ਵਿੱਚ ਖੇਡੀਆਂ ਬਿਜਲੀ ਦੀਆਂ ਤਾਰਾਂ, ਹੋ ਜੋ ਆਪਸ ਵਿੱਚ ਖੇਡੀਆਂ ਬਿਜਲੀ ਦੀਆਂ ਤਾਰਾਂ, ਹੋ ਜੋ ਆਪਸ ਵਿੱਚ ਖੇਡੀਆਂ ਬਿਜਲੀ ਦੀਆਂ ਤਾਰਾਂ।
ਕਿਤੇ ਡੰਗਰੇ ਵਾਰੀ ਕਈ ਹਜ਼ਾਰਾ ਨਿਚੋੜ ਨਿਕਲਦਾ ਏ ਕਿ ਸੀਤਲ ਢਾਡੀ ਗਾਉਣਗੇ ਮਰਦਾਂ ਦੀਆਂ ਵਾਰਾਂ। ਵਾਰਾਂ ਸੂਰਮਿਆਂ ਦੀਆਂ ਗਾਈਆਂ ਜਾਂਦੀਆਂ, ਵਾਰਾਂ ਮਰਦਾਂ ਦੀਆਂ ਗਾਈਆਂ ਜਾਂਦੀਆਂ। ਤੇ ਭੈਣੋ ਮਰਦਾਂ ਨੂੰ ਵੀ ਜਨਮ ਇੱਕ ਔਰਤ ਨੇ ਦਿੱਤਾ ਏ, ਇਹ ਤੁਹਾਡਾ ਸਤਿਕਾਰ ਏ। ਗੱਜ ਕੇ ਆਖੋ ਸਤਨਾਮ, ਸਿਮਰਨ ਕਰੋ, ਭਲਾ ਸੋਚੋ, ਭਲਾ ਮੰਗੋ ਤੇ ਭਲਾ ਕਰੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ, ਰਲ ਮਿਲ ਕੇ ਰਵੋ। ਬੰਦਾ ਬਿਮਾਰ ਏ, ਲਹੂ ਦੀ ਲੋੜ ਏ ਤੇ ਬੰਦੇ ਦਾ ਹੀ ਲੱਗੇਗਾ, ਬੰਦਾ ਹੀ ਡਾਕਟਰ ਬਣ ਕੇ ਇਲਾਜ ਕਰੇਗਾ। ਬੰਦੇ ਬਣੀਏ, ਇਨਸਾਨ ਬਣੀਏ, ਨਫ਼ਰਤਾਂ ਖਤਮ ਕਰੀਏ। ਜਦੋਂ ਆਪਾਂ ਇਕੱਠੇ ਹੋ ਗਏ ਨਾ ਤੇ ਲੁੱਟਣ ਲੁਟੇਰਿਆਂ ਦੀਆਂ ਗੋਡੀਆਂ ਓਦਾਂ ਹੀ ਲੱਗ ਜਾਣੀਆਂ। ਆਖੋ ਸਤਨਾਮ, ਇਹੋ ਜਿਹਾ ਸਮਾਗਮ ਕਰਾਓ, ਆਵਾਜ਼ਾਂ ਬੁਲੰਦ ਕਰੀਏ। ਜ਼ਾਲਮ ਦੁਸ਼ਮਣ ਬਾਤ ਕਰੇ ਅਨਹੋਣੀ, ਪਰ ਸਤਿਗੁਰੂ ਵੱਡਾ ਏ। ਇੱਥੇ ਤੇ ਪ੍ਰਹਿਲਾਦ ਦੀ ਰੱਖਿਆ ਲਈ ਉਹ ਥੰਮਾਂ ਵਿੱਚੋਂ ਆ ਗਿਆ ਸੀ, ਥੰਮ ਪਾੜ ਕੇ ਪ੍ਰਗਟ ਹੋ ਗਿਆ ਸੀ। ਅੱਜ ਤੇ ਉਹਨੇ ਤੁਹਾਨੂੰ ਜੁਰਤ ਦਿੱਤੀ ਹੈ, ਚਿੜੀਆਂ ਬਾਜਾਂ ਨਾਲ ਟਕਰਾ ਦਿੱਤੀਆਂ, 40 ਤੋਂ 10 ਲੱਖ ਦਾ ਟਾਕਰਾ ਕਰਾ ਦਿੱਤਾ, ਭੁੱਲਾਂ ਚੁੱਕਾਂ ਦੀ ਖੇਮਾ। ਬਾਬਾ ਜੀ ਨੇ ਆਪਣਾ ਕੱਟਿਆ ਹੋਇਆ ਚਾਟੀ ਵਿੰਡ ਅੱਡੇ ਦੇ ਉੱਤੇ ਸ਼ਸਤਰਾਂ ਦਾ ਤਿਆਗ ਕੀਤਾ। ਪਹਿਲਾਂ ਸਿਰ ਏਦਾਂ ਸੀ, ਮੁੜ ਕੇ ਏਦਾਂ ਰੱਖ ਲਿਆ। ਦੋਵਾਂ ਹੱਥਾਂ ਚ ਗੁਰੂ ਨੂੰ ਭੇਟਾ ਜੋ ਦੇਣੀ ਹੈ। ਗੱਜ ਕੇ ਆਖੋ ਸਤਨਾਮ, ਪਹੁੰਚ ਗਿਆ। ਜਦ ਤੱਕ ਦੁਨੀਆਂ ਰਵੇਗੀ, ਦੁਨੀਆਂ ਰਵੇ ਨਾ ਰਵੇ, ਹਰਿਮੰਦਰ ਰਹਿਣਾ। ਡਿੱਠੇ ਸਭੇ ਥਾਵ ਨਹੀਂ ਤੁਰ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ। ਉੱਥੇ ਜਾ ਕੇ ਸੀਸ ਭੇਟਾ ਕੀਤਾ, ਹਰਿਮੰਦਰ ਸਾਹਿਬ ਰਹਿਣਾ ਹੈ ਤੇ ਬਾਬਾ ਦੀਪ ਸਿੰਘ ਜੀ ਰਹਿਣੇ ਆ। ਸੋ ਇੰਨਾ ਕੁਝ ਕਹਿੰਦਾ ਤੁਹਾਡਾ ਬੱਚਿਆਂ ਦਾ ਜਥਾ ਸੁਲਤਾਨਪੁਰ ਲੋਧੀ ਤੋਂ ਆਇਆ ਜਥਾ, ਗੁਰੂ ਮਹਾਰਾਜ ਨੂੰ ਸੀ ਝੁਕਾਉਂਦਾ। ਇਸੇ ਪਿੰਡ ਦੀ ਸਾਊਂਡ ਬਈ ਸ਼ਾਬਾਸ਼ੀ, ਬਹੁਤ ਵੱਡੀ ਲਾਈਵ ਟੈਲੀਕਾਸਟ। ਬੀਬੀਆਂ ਭੈਣਾਂ, ਵੀਰ ਭਰਾ, ਸੰਗਤ ਸਭ ਦਾ ਧੰਨਵਾਦ। ਸੁਲਝੇ ਸਤਿਕਾਰੇ ਸੈਕਟਰੀ ਸਾਹਿਬ ਜੀ ਨੂੰ ਜੀਓ ਆਇਆ। ਸੁਣੋ ਅਗਲਾ ਪ੍ਰੋਗਰਾਮ, ਸਾਨੂੰ ਦੇ ਦਿਓ ਖੁਸ਼ੇ, ਚਾਲੇ ਪਾਈਏ, ਅਸੀਸ ਦੇ ਕੇ ਤੋਰੋ। ਅਸੀਂ ਹੁਣ ਪਹੁੰਚਣਾ ਹੈ ਪਟਿਆਲੇ ਤੋਂ ਅੱਗੇ ਸਨੌਰ ਸ਼ਹਿਰ, 9 ਤੋਂ 11 ਹਾਜ਼ਰੀ ਉੱਥੇ ਭਰਨੀ ਹੈ। ਬੜਾ ਸਮਾਂ ਗੁਰੂ ਜੀ ਆਪੇ ਸੰਗਤ ਦੀਆਂ ਅਸੀਸਾਂ ਨਾਲ ਲੈ ਕੇ ਜਾਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਜੋੜੋ ਹੱਥ, ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਪਾਤਸ਼ਾਹ ਭਾਈ ਮੇਜਰ ਸਿੰਘ ਜੀ ਸੁਲਤਾਨਪੁਰ ਲੋਧੀ ਵਾਲਿਆਂ ਦਾ।